ਗਲੋਬਲ ਪੰਜਾਬ ਟੀਵੀ ਦੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਵਿੱਚ ਕਈ ਅਹਿਮ ਮੁੱਦਿਆਂ ਤੇ ਰਾਜਸੀ ਧਿਰਾਂ ਆਪੋ ਆਪਣਾ ਏਜੰਡਾ ਲੈ ਕੇ ਚੱਲ ਰਹੀਆਂ ਹਨ। ਨਾ ਕੇਵਲ ਆਪਣਾ ਏਜੰਡਾ ਲੈ ਕੇ ਤੁਰੀਆਂ ਹੋਈਆਂ ਹਨ, ਸਗੋਂ ਕਈ ਏਜੰਡਿਆਂ ਦੇ ਉੱਤੇ ਇੱਕ ਦੂਜੇ ਨਾਲ ਉਹਨਾਂ ਦਾ ਟਕਰਾਅ ਵੀ ਹੈ। ਪੰਜਾਬ ਦੇ ਅੰਦਰ ਪਿਛਲੇ ਕਾਫੀ ਦਿਨਾਂ ਤੋਂ ਡਰੱਗਸ ਦਾ ਇਸ਼ੂ ਬੜਾ ਚਰਚਾ ਦਾ ਕਾਰਨ ਬਣਿਆ ਹੋਇਆ। ਸ਼੍ਰੋਮਣੀ ਅਕਾਲੀ ਦਲ ਅਤੇ ਉਸਦੀ ਸਰਕਾਰ ਨੇ ਡਰੱਗਸ ਦੇ ਖਿਲਾਫ ਇੱਕ ਕੰਪੇਨ ਵੀ ਚਲਾਈ। ਜੇ ਹੁਣ ਦੇਖਿਆ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਜਿਹੜੀ ਸਰਕਾਰ ਦੀ ਸਹਿਯੋਗੀ ਧਿਰ ਹੈ ਉਹਦੇ ਵੱਲੋਂ ਵੀ ਬੜੀ ਸਰਗਰਮੀ ਦੇ ਨਾਲ ਇਹ ਕੰਪੇਨ ਚਲਾਈ ਜਾ ਰਹੀ ਹੈ। ਦੂਜੇ ਪਾਸੇ ਚਾਹੇ ਕਾਂਗਰਸ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਜਾਂ ਦੂਜੀਆਂ ਵਿਰੋਧੀ ਧਿਰਾਂ, ਉਹਨਾਂ ਵੱਲੋਂ ਸਰਕਾਰ ਨੂੰ ਵੱਖ ਵੱਖ ਮੁੱਦਿਆਂ 'ਤੇ ਘੇਰਨ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਰਹਿੰਦੀਆਂ, ਜਿਨ੍ਹਾਂ 'ਚ ਪੀਣ ਵਾਲਾ ਪਾਣੀ ਹੈ, ਸਿਹਤ ਦਾ ਮਾਮਲਾ ਹੈ, ਸਫਾਈ ਦਾ ਮੁੱਦਾ, ਔਰ ਸਭ ਤੋਂ ਅਹਿਮ ਗੱਲ ਬੇਰੁਜ਼ਗਾਰੀ ਦਾ ਮਾਮਲਾ ਹੈ। ਇਹਨਾਂ ਸਾਰੇ ਮੁੱਦਿਆਂ 'ਤੇ ਸਾਡੇ ਨਾਲ ਅੱਜ ਚਰਚਾ 'ਚ ਸ਼ਾਮਿਲ ਹੋਣ ਦੇ ਜਿਹੜੇ ਵਿਸ਼ੇਸ਼ ਮਹਿਮਾਨ ਜੁੜੇ ਨੇ, ਸਾਹਿਬ ਵਿਰਸਾ ਸਿੰਘ ਬਟੋਹਾ, ਜਿਹੜੇ ਮੁੱਖ ਪਾਰਲੀਮੈਂਟਰੀ ਸਕੱਤਰ ਨੇ, ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਨੇ, ਸਾਡੇ ਨਾਲ ਦੂਜੇ ਮਹਿਮਾਨ ਸਾਹਿਬ ਹਰਜੀਤ ਸਿੰਘ ਗਰੇਵਾਲ, ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨੇ, ਸਾਡੇ ਨਾਲ ਤੀਜੇ ਮਹਿਮਾਨ ਪ੍ਰੋਫੈਸਰ ਮਨਜੀਤ ਸਿੰਘ, ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸਰਗਰਮ ਨੇਤਾ ਨੇ। ਅਸੀਂ ਤਿੰਨੇ ਆਗੂਆਂ ਨੂੰ ਜੀ ਆਖਦੇ ਹਾਂ। ਬਲਟੋਹਾ ਜੀ, ਮੈਂ ਗੱਲਬਾਤ ਤੁਹਾਡੇ ਤੋਂ ਸ਼ੁਰੂ ਕਰਦਾ ਕਿ ਪੰਜਾਬ ਦੇ ਅੰਦਰ ਜਿਹੜੀ ਡਰੱਗਸ ਦੀ ਗੱਲ ਚੱਲ ਰਹੀ ਹੈ, ਕੀ ਇਹੋ ਜਿਹੀ ਵਜ੍ਹਾ ਹੈ ਕਿ ਪ੍ਰਧਾਨ ਮੰਤਰੀ ਤੱਕ ਨੂੰ ਆਪਣੇ ਭਾਸ਼ਣ 'ਚ ਇਸ ਗੱਲ ਦਾ ਜ਼ਿਕਰ ਕਰਨਾ ਪਿਆ, ਪੰਜਾਬ ਨੂੰ ਇੰਨੇ ਮਾੜੇ ਦਿਨ ਇਸ ਇਸ਼ੂ ਦੇ ਕਿਉਂ ਦੇਖਣੇ ਪੈ ਰਹੇ? ਦੇਖੋ ਜਗਤਾਰ ਜੀ, ਇਹ 'ਚ ਕੋਈ ਦੋਰਾਵਾਂ ਨਹੀਂ ਗਈਆਂ ਕਿ ਜਿਹੜੀ ਡਰੱਗ ਹੈ ਵੈਸੇ ਤਾਂ ਪੂਰੇ ਓਵਰਆਲ ਵਰਲਡ ਜਿਹੜੀ ਹੈ ਦੁਨੀਆ ਦੇ ਵਿੱਚ ਬੜੀ ਇਹ ਮੁਸੀਬਤ ਬਣੀ ਹੋਈ ਹੈ ਜੀ। ਅਤੇ ਮੋਦੀ ਸਾਹਿਬ ਨੂੰ ਵੀ, ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਇਸ ਕਰਕੇ ਬੋਲਣਾ ਪਿਆ ਵੀ ਹਿੰਦੁਸਤਾਨ 'ਚ ਵੀ ਮੁੱਦਾ ਬਣ ਗਿਆ ਜੀ ਜੀ। ਉਹਨਾਂ ਨੇ ਨਾਲ ਵਿਸ਼ੇਸ਼ ਤੌਰ 'ਤੇ ਥੋੜ੍ਹਾ ਜਿਹਾ ਪੰਜਾਬ ਨੂੰ ਇਸ ਕਰਕੇ ਕੀਤਾ ਕਿ ਪੰਜਾਬ ਇਸ ਸਮੱਸਿਆ ਦਾ ਥੋੜ੍ਹਾ ਬਾਕੀਆਂ ਨਾਲੋਂ ਵੱਧ ਜਿਹੜਾ ਸਾਹਮਣਾ ਕਰ ਰਿਹਾ ਜੀ ਜੀ। ਅਤੇ ਸਾਹਮਣਾ ਇਸ ਕਰਕੇ ਕਰ ਰਿਹਾ ਹੈ ਕਿ ਜਿਹੜਾ ਟ੍ਰਾਂਜਿਟ ਰੂਟ ਹੈ, ਜਿਹੜੀ ਡਰੱਗ ਆਉਂਦੀ ਹੈ, ਡਰੱਗ ਅਫਗਾਨਿਸਤਾਨ ਪਾਕਿਸਤਾਨ ਤੋਂ ਚੱਲਦੀ ਹੈ, ਉਹਦਾ ਜਿਹੜਾ ਰੂਟ ਹੈ ਅੱਗੇ ਜਾਣ ਲਈ ਉਹ ਪੰਜਾਬ ਹੈ, ਮੇਨ ਪੰਜਾਬ ਹੈ, ਬਾਰਡਰ ਸਟੇਟ ਮੇਨ ਪੰਜਾਬ ਵੀ ਕਿਉਂ ਹੈ? ਉਹ ਇਸ ਕਰਕੇ ਹੈ ਕਿ ਜਿੰਨੇ ਪੁਰਾਣੇ ਸਮਗਲਰ ਨੇ ਪਾਕਿਸਤਾਨ ਦੇ, ਮੇਰਾ ਖਿਆਲ ਹੈ ਕਿ ਹਿੰਦੁਸਤਾਨ ਦੀ ਸਾਰੀਆਂ ਏਜੰਸੀਆਂ ਨੂੰ ਪਤਾ, ਜਿਹੜੇ ਸਮਗਲਰ ਨੇ ਉਹ ਸਾਰੇ ਲਾਹੌਰ ਅਤੇ ਕਸੂਰ ਦੇ ਨੇੜੇ ਬੈਠੇ ਨੇ ਜੀ ਜੀ। ਉਹੀ ਲੋਕ ਜਿਹੜੇ ਨੇ ਡਰੱਗ ਦਾ ਕੰਮ ਕਰਦੇ ਨੇ ਉੱਧਰ, ਅਤੇ ਉਹਨਾਂ ਲਈ ਸਭ ਤੋਂ ਸੌਖਾ ਰੂਟ ਇਹੀ ਸੀਗਾ ਜਿਹੜਾ ਵੀ ਪੰਜਾਬ ਦਾ ਬਾਰਡਰ ਸੀਗਾ, ਅਤੇ ਪੰਜਾਬ ਦਾ ਬਾਰਡਰ ਇਹ ਟ੍ਰਾਂਜਿਟ ਰੂਟ ਹੋਣ ਕਰਕੇ ਇੱਥੇ ਜਿਹੜੀ ਇਹ ਸਮੱਸਿਆ ਵਧੇਰੇ ਹੈ। ਅਤੇ ਮੈਂ ਇਹ 2007 ਦੇ ਵਿੱਚ ਚੋਣਾਂ ਚੱਲੀਆਂ ਸੀ ਉਸ ਸਮੇਂ ਵੀ ਇਹ ਇਸ਼ੂ ਸੀਗਾ ਜੀ ਜੀ। ਫਿਰ 2012 ਦੀਆਂ ਚੋਣਾਂ ਦੇ ਵਿੱਚ ਵੀ ਇਸ਼ੂ ਚੱਲਿਆ, ਹਰੇਕ ਇਲੈਕਸ਼ਨ ਦੇ ਵਿੱਚ ਇਸ਼ੂ ਚੱਲਦਾ ਰਿਹਾ ਜੀ। ਔਰ ਮੈਂ 2012 ਦੀਆਂ ਚੋਣਾਂ ਤੋਂ ਬਾਅਦ ਜਦੋਂ ਮੈਂ MLA ਦੁਬਾਰਾ ਬਣਿਆ ਔਰ ਚੀਫ ਪਾਰਲੀਮੈਂਟਰੀ ਸੈਕਟਰੀ ਬਣਿਆ, ਮੈਂ ਮਈ 2012 ਦੇ ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੂੰ ਜੀ ਔਰ ਉਸ ਸਮੇਂ ਦੇ ਗ੍ਰਹਿ ਮੰਤਰੀ ਜਿਹੜੇ ਸੀਗੇ ਇੰਡੀਆ ਦੇ ਜੀ, ਉਹਨਾਂ ਨੂੰ ਚਿੱਠੀ ਲਿਖੀ ਸੀ ਵੀ ਇਹ ਜਿਹੜੀ ਸਮੱਸਿਆ ਹੈ ਹਿੰਦੁਸਤਾਨ ਵਾਸਤੇ ਔਰ ਖਾਸ ਕਰਕੇ ਪੰਜਾਬ ਵਾਸਤੇ ਬਹੁਤ ਵੱਡੀ, ਸਾਡੇ ਵਾਸਤੇ ਬਹੁਤ ਵੱਡੀ ਇਹ ਸਮੱਸਿਆ ਬਣ ਰਹੀ ਹੈ। ਅਤੇ ਬਣ ਇਸ ਕਰਕੇ ਰਹੀ ਹੈ ਕਿ ਅਸੀਂ ਚਾਹੇ ਕੰਡਿਆਲੀ ਤਾਰ ਲਾ ਲਈਏ, ਚਾਹੇ ਅਸੀਂ ਬਾਰਡਰ ਨੂੰ ਆਪਣੇ ਆਪ ਨੂੰ ਕਿੰਨੇ ਅਸੀਂ ਸੀਲ ਕਰ ਲਿਆ, ਪਰ ਸੀਲ ਨਹੀਂ ਬਾਰਡਰ ਹੋਇਆ। ਉੱਥੇ BSF ਦੀਆਂ ਜਿਹੜੀਆਂ ਕਮਜ਼ੋਰੀਆਂ ਨੇ, ਜਿਹੜੀ ਉਹ ਜਿਹੜੀ ਉੱਥੇ ਫੋਰਸ ਜਿਹੜੀ ਅਸੀਂ ਤੈਨਾਤ ਕੀਤੀ ਹੈ, ਜਿਨ੍ਹਾਂ ਨੇ ਰਾਤ ਨੂੰ ਰਾਖੀ ਕਰਨੀ ਹੈ ਸਮਗਲਰਾਂ ਤੋਂ ਬਚਾਉਣਾ ਹੈ, ਉਹਨਾਂ 'ਚ ਕੁਛ ਕਮਜ਼ੋਰੀਆਂ ਬਾਵਜੂਦ ਸਮੱਸਿਆਵਾਂ ਖੜੀਆਂ ਨੇ, ਉਹ ਮੈਂ ਚਿੱਠੀ ਲਿਖੀ ਸੀ। ਚਿੱਠੀ 'ਤੇ ਥੋੜ੍ਹਾ ਬਹੁਤਾ 100 ਚੋਂ 5-10% ਅਸਰ ਹੋਇਆ ਵੀ ਜੀ, ਪਰ ਜਿਹੜੀਆਂ ਉੱਥੇ ਬੇਸਿਕ ਸਮੱਸਿਆਵਾਂ ਨੇ ਅਸੀਂ BSF ਦੇ ਨਾਲ ਵੀ, ਅਧਿਕਾਰੀਆਂ ਦੇ ਨਾਲ ਵੀ ਬੈਠ ਕੇ ਗੱਲ ਕੀਤੀ ਹੈ, ਏਜੰਸੀਆਂ ਨਾਲ ਵੀ ਕੀਤੀ ਹੈ, ਆਪਦੀ ਪੁਲਿਸ ਦੇ ਨਾਲ ਵੀ ਕੀਤੀ ਹੈ, ਕਿਉਂਕਿ ਉਹ 'ਚ ਇੰਟਰਵੀਨ ਕਰ ਸਕਦੀ ਹੈ ਕੇਵਲ ਤਾਂ ਕੇਵਲ ਗੌਰਮੈਂਟ ਆਫ ਇੰਡੀਆ ਜੀ। ਬਟੋ ਸਰ, ਮੈਂ ਇਸ ਮੁੱਦੇ 'ਤੇ ਦੁਬਾਰਾ ਤੁਹਾਡੇ ਕੋਲ, ਪ੍ਰੋਫੈਸਰ ਮਨਜੀਤ ਸਿੰਘ ਜੀ, ਜਿੱਦਾਂ ਇਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਅੰਦਰ ਚਾਹੇ ਕਸੂਰ ਹੈ, ਲਾਹੌਰ ਹੈ, ਕਈ ਵੱਡੇ ਵੱਡੇ ਜਿਹੜੇ ਟੋਲੇ ਇੱਦਾਂ ਦੇ ਬੈਠੇ ਆ ਜਿਹੜੇ ਸਮਗਲਿੰਗ ਦਾ ਕੰਮ ਕਰਦੇ ਆ, ਜਿਹੜੇ ਇੱਧਰਲੇ ਪਾਸੇ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਨੂੰ ਇੱਕ ਰੂਟ ਦੇ ਤੌਰ 'ਤੇ ਇਸਤੇਮਾਲ ਕਰਕੇ, ਕੀ ਲੱਗਦਾ ਕਿ ਪੰਜਾਬ ਦੇ ਅੰਦਰ ਵੀ ਕੋਈ ਉਹਨਾਂ ਦੇ ਸਹਿਯੋਗੀ ਜਾਂ ਕਾਊਂਟਰ ਪਾਰਟਰ ਇੱਦਾਂ ਦਾ ਪੰਜਾਬ ਦੇ ਅੰਦਰ ਵੀ ਵਾਪਰਿਆ, ਅਲਟੀਮੇਟਲੀ ਕਿਤੇ ਨਾ ਕਿਤੇ ਕੋਈ ਸਿਗਨਲ ਮਿਲਦਾ ਹੋਏਗਾ? ਨਹੀਂ, ਲੱਗਦਾ ਕੀ ਹੈ, ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਵੀ ਜੇ ਕੋਈ ਇੱਥੇ ਵੇਚਣ ਵਾਲਾ ਤਾਂ ਹੀ ਵੇਖਦੀ ਆ, ਉਹ ਕਿਤੇ ਆਪਣੇ ਆਪ ਥੋੜ੍ਹੀ ਤੁਰੀ ਫਿਰਦੀ, ਆਖਿਰਕਾਰ ਉਹਨਾਂ ਨੇ ਵੇਚ ਕੇ ਪੈਸੇ ਵੀ ਇਕੱਠੇ ਕਰਨੇ ਹੁੰਦੇ ਆ ਜੀ ਜੀ ਜੀ। ਇਹ ਗੱਲ ਨਹੀਂ, ਇਹ ਇੱਕ ਤਾਂ 6,000 ਕਰੋੜ ਦਾ ਲਗਭਗ ਇਹ ਬਿਜ਼ਨਸ ਹੈ, ਕੋਈ ਛੋਟਾ ਮੋਟਾ ਬਿਜ਼ਨਸ ਨਹੀਂ ਹੈ ਪੰਜਾਬ ਦੇ ਵਿੱਚ ਜੀ ਜੀ, ਔਰ ਇੰਨਾ ਹੀ ਸ਼ਰਾਬ ਤੋਂ ਪੈਸਾ ਆਉਂਦਾ। ਅਤੇ ਮਤਲਬ ਮੈਨੂੰ ਇਹ ਲੱਗਦਾ ਕਿ ਪੰਜਾਬ ਨੂੰ ਤਾਂ ਅੱਜ ਕੱਲ੍ਹ ਲੋਕ ਇਹ ਕਹਿਣ ਲੱਗ ਪਏ ਸ਼ਰਾਬ ਦੀ ਕੋਈ ਗੱਲ ਹੀ ਨਹੀਂ ਕਰਦਾ, ਇੰਨੀ ਜ਼ਿਆਦਾ ਸ਼ਰਾਬ ਪਰ ਹੈੱਡ ਇੱਥੇ ਕੰਜ਼ਮਪਸ਼ਨ ਹੈਗੀ ਆ, ਅਤੇ ਇਸ ਨੂੰ ਆਪਾਂ ਕੋਈ ਕੇਰਲਾ ਵਾਲੀ ਸਰਕਾਰ ਨੇ ਰੋਕਿਆ, ਸਾਡੀ ਸਰਕਾਰ ਕਿਉਂ ਨਹੀਂ ਗੱਲ ਕਰਦੀ ਹੈ?
ਇਹਨੂੰ ਕਿਤੇ ਨਾ ਕਿਤੇ ਤਾਂ ਰੁਕਾਵਟ ਪਾਉਣੀ ਪਊ। ਇਹਦੇ ਤੋਂ ਆਪਾਂ ਪੈਸੇ ਵੇਚ ਵੇਚ ਕੇ ਲੋਕਾਂ ਨੂੰ ਸ਼ਰਾਬ ਵੇਚ ਕੇ ਸਰਕਾਰਾਂ ਥੋੜ੍ਹੀ ਚਲਾਉਣੀਆਂ, ਡਰੱਗ ਵੇਚ ਕੇ ਆਪਾਂ ਪ੍ਰਾਈਵੇਟ ਪੈਸੇ। ਮੈਂ ਇਹ ਕਹਿੰਦਾ ਬਾਰ ਬਾਰ ਜਦੋਂ ਵੀ ਕਿਸੇ ਵੀ ਅਕਾਲੀ ਦਲ ਵੱਲੋਂ ਆਰਗੂਮੈਂਟ ਆਉਂਦਾ ਉਹ ਕੰਡਿਆਲੀ ਤਾਰ ਵਾਲਾ ਆਉਂਦਾ। ਬਾਰਡਰ ਕੱਲਾ ਪੰਜਾਬ ਨਾਲ ਥੋੜ੍ਹੀ ਲੱਗਦਾ, ਬਾਰਡਰ ਤਾਂ ਰਾਜਸਥਾਨ ਨਾਲ ਵੀ ਲੱਗਦਾ, ਗੁਜਰਾਤ ਤੱਕ ਬਾਰਡਰ ਲੱਗਦਾ। ਗੁਜਰਾਤ ਦੇ ਵਿੱਚ ਤਾਂ ਡਰੱਗ ਵੇਖਦੀ ਨਹੀਂ ਉਨੀ, ਰਾਜਸਥਾਨ 'ਚ ਤਾਂ ਉਨੀ ਡਰੱਗ ਵੇਖ ਨਹੀਂ ਰਹੀ, ਪੰਜਾਬ ਵਿੱਚ ਕਿਉਂ ਵੇਖ ਰਹੀ ਹੈ? ਇਹਦਾ ਮਤਲਬ ਕਿਤੇ ਅੰਦਰ ਵੀ ਸਾਡੇ ਸਮਗਲਰ ਬੈਠੇ ਹੋਏ ਆ। ਇਹ ਬੱਚਾ ਬੱਚਾ ਜਾਣਦਾ ਅੰਦਰ ਬੰਦੇ ਬੈਠੇ ਆ। ਜਦ ਤੱਕ ਮੈਨੂੰ ਇਹ, ਮੈਂ ਇਹ ਗੱਲ ਪੁੱਛਣੀ ਚਾਹੁੰਦਾ ਵੀ ਜਿਹੜੀ ਪੁਲਿਸ ਜਿਹਨੇ ਰੋਕਣੀ ਹੈ, ਜਿਹਨੇ ਬਾਰਡਰ ਸਿਕਿਉਰਿਟੀ ਫੋਰਸ ਆ ਉਹਨਾਂ ਨੂੰ ਅਲੱਗ ਕਰ ਲਓ, ਜਿਹੜੀ ਆਪਣੀ ਪੁਲਿਸ ਆ ਭੋਲਾ ਕੌਣ ਆ? ਡਰੱਗ ਮਾਫੀਆ ਦੇ ਜਿਹਦੇ ਵਿੱਚ ਜਿਹੜਾ ਜਿਹੜਾ ਆਪਾਂ ਫੜਿਆ ਹੋਇਆ ਸਾਰਾ ਜੱਗ ਜਾ ਰਿਹਾ ਜੀ ਜੀ, ਉੱਥੇ ਪੁਲਿਸ ਦਾ DSP ਆ। ਇੱਕ ਮਿੰਟ, ਲਾਸਟ ਗੱਲ ਮੈਂ ਹੋਰ ਵੀ ਕਹਿੰਦਾ ਹਾਂ ਜੀ, ਬਾਹਰ ਦੀ ਗੱਲ ਛੱਡੋ ਤੁਸੀਂ, ਅੱਜ ਤੋਂ 40 ਸਾਲ ਪਹਿਲਾਂ ਤੋਂ ਮੈਂ ਕਹਿੰਦਾ ਹਾਂ ਕਿ ਜੇਲ੍ਹਾਂ ਦੇ ਅੰਦਰ ਜਿੰਨੇ ਮਰਜ਼ੀ ਨਸ਼ੇ ਲੈ ਲਓ ਤੁਸੀਂ, ਉਹ ਤਾਂ ਆ ਕੇ ਬਾਰਡਰ ਸਿਕਿਉਰਿਟੀ ਫੋਰਸ ਨਹੀਂ ਦੇ ਰਹੀ। ਬਿਲਕੁਲ, ਇਹ ਕਿਸੇ ਇੱਕ ਸਰਕਾਰ ਦੇ ਹੁੰਦੇ ਨਹੀਂ, ਸਾਰੀਆਂ ਸਰਕਾਰਾਂ ਦੇ ਹੁੰਦੇ, ਸਮੱਸਿਆ ਇੱਦਾਂ ਦੀਆਂ ਵਾਪਰਦੀਆਂ। ਗਰੀਬਾਲ ਸਾਹਿਬ, ਜਿਹੜੀ ਇਹਨਾਂ ਨੇ ਗੱਲ ਕੀਤੀ ਹੈ, BJP ਨੇ ਵੀ ਖਾਸ ਤੌਰ 'ਤੇ ਇਸ ਨੂੰ ਆਪਣੇ ਏਜੰਡੇ 'ਚ ਲਿਆ। ਐਕਚੁਅਲੀ ਹੁਣ ਸਾਰੀ ਕੰਪੇਨ ਚੱਲ ਰਹੀ, ਅੱਜ ਵੀ ਤੁਹਾਡੇ ਪਾਰਟੀ ਪ੍ਰਧਾਨ ਦਾ ਬਿਆਨ ਸੀ, ਪਹਿਲਾਂ ਵੀ ਅੰਦਰ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ, ਤੁਸੀਂ ਕੀ ਕਹੋਗੇ ਇਸ ਮੁੱਦੇ 'ਤੇ? ਇਸ ਤਰ੍ਹਾਂ ਜੀ, ਪੰਜਾਬ 'ਚ ਸਮੱਸਿਆ ਇੰਨੀ ਜ਼ਿਆਦਾ ਗੰਭੀਰ ਹੋ ਗਈ ਹੈ ਜੀ, ਹਰ ਤੀਸਰਾ ਘਰ ਜਿਹੜਾ ਹੈਗਾ ਉਹਨਾਂ ਦਾ ਬੱਚਾ ਨਸ਼ਿਆਂ ਦਾ ਸ਼ਿਕਾਰ ਆ। ਹੁਣ ਤਾਂ ਬੱਚੀਆਂ ਵੀ ਉਹਦੇ 'ਚ ਆ ਗਈਆਂ ਨੇ ਜੀ ਜੀ। ਔਰ ਦੂਸਰੀ ਗੱਲ ਇਹ ਹੈ ਕਿ ਮੈਨੂੰ, ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਜਿਹੜਾ ਅਸਲ ਮੁੱਦਾ ਜਿਹਨੂੰ ਪ੍ਰੋਫੈਸਰ ਸਾਹਿਬ ਨੇ ਵੀ ਟੱਚ ਨਹੀਂ ਕੀਤਾ, ਕਿ ਜਿਹੜੇ ਸਾਡੇ ਪੁਲਿਸ ਅਫਸਰ ਜਾਂ ਬਿਊਰੋਕਰੇਟ ਜਿੰਨੇ ਵੀ ਹੈ, ਉਹਨਾਂ ਨੂੰ ਤਨਖਾਹ 'ਚ ਗੁਜ਼ਾਰਾ ਕਰਨਾ ਸਿਖਾਉਣਾ ਪਊਗਾ। ਕਿਤੇ ਨਾ ਕਿਤੇ ਉਹਨਾਂ ਦੀ ਇਨਵੋਲਵਮੈਂਟ ਔਰ ਬਾਕੀ ਸਾਰਿਆਂ ਦੀ ਇਨਵੋਲਵਮੈਂਟ, ਜ਼ਿਆਦਾ ਪੈਸਾ ਚਾਹੁਣ ਦੀ ਇਨਵੋਲਵਮੈਂਟ ਜੀ, ਇਹ ਵੀ ਕੰਮ ਕਰਦੀ ਹੈ। ਔਰ ਉਹਦੇ ਲਈ ਵੀ ਇੱਕ ਕਾਨੂੰਨ ਐਸਾ ਲਿਆਉਣਾ ਪਊਗਾ ਔਰ ਸਖਤੀ ਨਾਲ ਉਹਨੂੰ ਇੰਪਲੀਮੈਂਟ ਕਰਨਾ ਪੈਣਾ। ਅਸੀਂ ਪੁੱਛਦੇ ਨਹੀਂ ਇਹ, ਕੱਲ੍ਹ ਤੁਸੀਂ SSP ਬਣੇ ਹੋ, ਤੁਹਾਡੇ ਕੋਲ ਇੰਨਾ ਪੈਸਾ ਕਿੱਥੋਂ ਆ ਗਿਆ, ਜਾਂ ਉਹਨਾਂ ਦੇ ਪਰਿਵਾਰਾਂ ਕੋਲ ਕਿੱਥੋਂ ਆ ਗਿਆ, ਜਾਂ SHO ਲੱਗਦਾ ਉਹਨਾਂ ਕੋਲ ਕਿੱਥੋਂ ਆ ਗਿਆ। ਇਹ ਵੀ ਇੱਕ ਸਮੱਸਿਆ ਸਾਡੀ ਜਿਹੜੀ ਇਹ ਰੋਕਣ 'ਚ ਕਾਮਯਾਬ ਕਰਨਾ ਕੰਟਰੋਲ ਕਰ। ਦੂਸਰਾ, ਪੋਲੀਟੀਕਲ ਪਾਰਟੀਆਂ ਤੋਂ ਬਿਨਾਂ ਜਿਹੜੇ ਸਮਾਜਿਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਇਹਦੇ 'ਚ ਲੱਗਣਾ ਪਊ, ਧਾਰਮਿਕ ਲੋਕਾਂ ਨੂੰ ਵੀ ਲੱਗਣਾ ਪਊ। ਹੁਣ ਪੰਜਾਬ ਇੰਨਾ ਗੰਭੀਰ ਇਸ ਸਮੱਸਿਆ ਦਾ ਸ਼ਿਕਾਰ ਹੋ ਗਿਆ ਜੀ ਜੀ, ਜਦੋਂ ਤੱਕ ਇਸ ਨੂੰ ਇੰਨੀ ਗੰਭੀਰਤਾ ਨਾਲ ਨਹੀਂ ਲਵਾਂਗੇ ਤਾਂ ਸਾਡੀ ਜਵਾਨੀ ਜਿਹੜੀ ਹੈ ਉਹ ਖਤਮ ਹੋ ਜਾਏਗੀ ਔਰ ਅੱਗੇ ਆਉਣ ਵਾਲੇ ਉਹਨੂੰ ਬਚਾਇਆ ਨਹੀਂ ਜਾ ਸਕਦਾ, ਉਹਨੂੰ ਬਚਾਇਆ ਨਹੀਂ ਜਾ ਸਕਦਾ। ਵਡਵਾ ਸਾਹਿਬ, ਜਿਹੜੀ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਵੀ ਖਾਸ ਤੌਰ 'ਤੇ ਗੱਲ ਕਹੀ ਹੈ ਵੀ ਜਦੋਂ ਆਪਾਂ ਗੌਰਮੈਂਟ 'ਚ ਹੈਗੇ ਹਾਂ, ਪਾਵਰ ਹੈਗੇ ਹਾਂ, ਜਿਹੜੀ ਪੁਲਿਸ ਹੈ ਜਾਂ ਇੱਦਾਂ ਦਾ ਜਿਹੜਾ ਧੰਦਾ ਜਿਹੜਾ ਵਾਪਰ ਰਿਹਾ, ਉਹਦੀ ਸਾਡੀ ਵੀ ਰਿਸਪੋਂਸੀਬਿਲਟੀ ਬਣਦੀ ਹੈ ਕਿ ਇਸ ਗੱਲ ਨੂੰ ਰੋਕਿਆ ਜਾਏ, ਨੱਥ ਪਾਈ ਜਾਏ, ਜਾਂ ਜੇ ਕਿਤੇ ਗੜਬੜ ਹੈਗੀ ਹੈ ਤਾਂ ਕਿਸ ਲੈਵਲ 'ਤੇ ਹੈਗੀ ਹੈ, ਉੱਦਾਂ ਦੇ ਅਧਿਕਾਰੀਆਂ ਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ। ਇਹ 'ਚ ਕੋਈ ਦਰਾਵਾਂ ਨਹੀਂ ਆ। ਡਰੱਗ ਦੇ ਉੱਤੇ ਜਿਹੜਾ ਸਾਰਿਆਂ ਨੂੰ ਪਤਾ ਕਿ ਪੁਲਿਸ ਨੇ ਬਹੁਤ ਵੱਡਾ ਕੰਮ ਜੀ ਜੀ ਜੀ, ਆਖਿਰਕਾਰ ਕੋਈ ਨਾ ਕੋਈ ਤੰਤਰ ਹੈ। ਤੁਸੀਂ ਮੇਰੀ ਬੇਨਤੀ ਸੁਣੋ ਜੀ, ਤੁਸੀਂ ਪੁਰਾਣੇ ਅੰਕੜੇ ਸਾਰੇ ਕਢਾ ਲਓ ਜੀ। ਹਿੰਦੁਸਤਾਨ ਦੀ ਰਿਕਵਰੀ, ਪੰਜਾਬ ਦੀ ਰਿਕਵਰੀ, ਅਤੇ ਪੰਜਾਬ ਦੀ ਰਿਕਵਰੀ 2007 ਤੋਂ ਪਹਿਲਾਂ ਅਤੇ ਹੁਣ ਤੱਕ ਜਿਹੜੀ ਰਿਕਵਰੀ ਚੱਲ ਰਹੀ ਹੈ ਜੀ, ਡਰੱਗ ਦੀ ਖਾਸ ਕਰਕੇ, ਹੈਰੋਇਨ ਸਮੈਕ ਵਗੈਰਾ ਦੀ ਜਿਹੜੀ ਹੈ, ਔਰ ਤੁਸੀਂ ਹੈਰਾਨ ਹੋ ਜਾਓਗੇ ਕਿ ਇੱਕ ਬੰਨੇ 5 ਕਿਲੋ ਆ ਅਤੇ ਇੱਕ ਬੰਨੇ 500 ਕਿਲੋ ਫੜੀ। ਜੀ ਜੀ ਜੀ, ਬਿਲਕੁਲ। ਇਹ 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 ਜਿਹੜੀਆਂ ਗੱਲਾਂ ਨੇ ਲਗਾਤਾਰ ਆ ਰਹੀ ਹੈ, ਜਿਹੜੀ ਜਿਹੜੀ ਆ ਰਹੀ ਹੈ ਹੁਣ, ਜੇ ਜੇ ਪੁਲਿਸ ਕੰਮ ਕਰ ਰਹੀ ਹੈ ਜੇ ਉੱਧਰੋਂ ਆ ਰਹੀ ਹੈ, ਜੇ ਇੱਕ ਬੰਨੇ 5 ਕਿਲੋ ਫੜਦੇ ਰਹੇ, ਇੱਕ ਬੰਨੇ ਉਹੀ ਜਿਹੜੀ ਹੈ 500 ਕਿਲੋ ਫੜੀ ਗਈ ਹੈ, ਅਤੇ ਪੁਲਿਸ ਜੇ ਕੰਮ ਕਰਦੀ ਹੈ ਤਾਂ ਫੜੀ ਗਈ। ਪਰ ਇਹ 'ਚ ਕੋਈ ਦਰਾਵਾਂ ਨਹੀਂ ਗਿਆ। ਜਿਸ ਤਰ੍ਹਾਂ ਮਨਜੀਤ ਸਿੰਘ ਹੋਰਾਂ ਸਵਾਲ ਕੀਤਾ ਸੀ, ਬਾਰਡਰ 'ਤੇ ਗੁਜਰਾਤ ਦਾ ਵੀ ਲੱਗਦਾ ਜੀ ਜੀ, ਬਾਰਡਰ 'ਤੇ ਹੋਰ ਸਟੇਟਾਂ ਦਾ ਵੀ ਲੱਗਦਾ ਜੀ, ਪਰ ਮੈਂ ਇੱਕੋ ਸਵਾਲ ਨਿਬੇੜਤਾ ਸੀਗਾ ਕਿ ਜਿਹੜੇ ਪਾਕਿਸਤਾਨ 'ਚ ਸਮਗਲਰ ਨੇ, ਜਿਹੜੇ ਸਮਗਲਰ ਨੇ, ਤੁਸੀਂ ਪਾਕਿਸਤਾਨ ਦੀ ਜੇ ਜਿਹੜੇ ਸਮਗਲਰਾਂ ਦੀ ਲਿਸਟ ਕਢਾਓਗੇ ਨਾ ਹਿੰਦੁਸਤਾਨ ਦੇ ਵਿੱਚ, ਜਿਹੜੀ ਸਰਕਾਰ ਕੋਲ ਜਾਂ ਇੰਟੈਲੀਜੈਂਸ ਕੋਲ ਜਾਂ ਏਜੰਸੀਆਂ ਕੋਲ ਪ੍ਰੋਵਾਈਡ ਹੈ, ਉਹ 'ਚ ਪਾਕਿਸਤਾਨ ਦੇ ਜਿਹੜੇ ਸਮਗਲਰ ਆਉਣਗੇ ਉਹ ਲਾਹੌਰ ਅਤੇ ਕਸੂਰ ਦੇ ਵਿਚਕਾਰ ਆਉਣਗੇ। ਲੋ ਜੀ, ਅਸੀਂ ਉਹ ਗੱਲ ਤਾਂ ਸਮਝਦੇ ਕਿ ਠੀਕ ਹੈ, ਉੱਧਰ ਹੈਗੇ ਉਹਨਾਂ ਨੂੰ ਆਪਣੇ ਸਮਗਲਰ ਬੈਠੇ ਆ। ਮੇਰੀ ਬੇਨਤੀ ਹੈ, ਉਹਨਾਂ ਦੀ ਲਿਸਟ ਕਢਾਉਣ ਦੀ ਵੀ ਲੋੜ ਹੈ ਨਾ। ਮੇਰੀ ਬੇਨਤੀ ਹੈ ਜੀ, ਕਿਸੇ ਜਿੰਨੇ ਸਮਗਲਰ ਪਿਛਲੇ ਸਮੇਂ 'ਚ ਫੜੇ ਗਏ ਜੀ, ਤੁਸੀਂ ਉਹਦਾ ਵੀ ਡਾਟਾ ਮੰਗਾ ਲਓ ਜੀ। ਅੱਜ ਜਿਹੜੀ ਰਿਕਵਰੀ ਹੁੰਦੀ ਰਹੀ ਹੈ, ਕਿਸੇ ਤੋਂ ਕਿਲੋ, ਕਿਸੇ ਤੋਂ 2 ਕਿਲੋ, ਕਿਸੇ ਤੋਂ 10 ਕਿਲੋ, ਕਿਸੇ ਤੋਂ 20 ਕਿਲੋ, ਕਿਸੇ ਤੋਂ 30 ਕਿਲੋ, ਇਹ ਸਮਗਲਰ ਹੀ ਨੇ ਸਾਰੇ। ਅਤੇ ਸਮਗਲਰਾਂ ਨੂੰ ਜੇ ਫੜਿਆ ਹੈ, ਫੜ ਕੇ ਭੇਜਿਆ, ਪਰ ਜਿਹੜੀ ਹੈ, ਕਿਉਂਕਿ ਸਮੱਸਿਆ ਕੇਵਲ ਪੰਜਾਬ ਦੀ ਨਹੀਂ, ਪੰਜਾਬ ਤੋਂ ਇਲਾਵਾ ਹੋਰ ਵੀ ਰੂਟ ਚੱਲਣ ਲੱਗ ਪਏ ਨੇ, ਔਰ ਇਹ ਟ੍ਰਾਂਜਿਟ ਰੂਟ ਹੋਣ ਕਰਕੇ ਕੋਈ ਦਿੱਲੀ ਬੈਠਾ, ਕੋਈ ਬੰਬੇ ਬੈਠਾ, ਸਮਗਲਰ ਜਿਹੜੇ ਵੱਡੇ ਬੈਠੇ ਨੇ, ਕੋਈ UP ਬੈਠਾ ਹੈ, ਉਹ ਨੈਟਵਰਕ ਜਿਹੜਾ ਆ ਜਾਂਦਾ ਜਾਂਦਾ ਉੱਥੋਂ ਤੱਕ ਕਈ ਵਾਰ ਪਹੁੰਚਣ ਹੀ ਨਹੀਂ ਦਿੰਦੇ, ਕਿਉਂਕਿ ਰਾਹ 'ਚ ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸਲੀ ਕੌਣ ਹੈ। ਇਹ ਵਿੱਚ ਤਾਂ ਸਾਰੇ ਕੋਰੀਅਰ ਨੇ, ਕੋਈ ਆਪਦਾ ਪੈਕਟ ਲੈਣ ਦਾ 25,000 ਲੈਂਦਾ, ਉਹ ਅੱਗੇ ਚੱਲ ਜਾਂਦਾ, ਉਦੋਂ ਅਗਲਾ 50,000 ਲੈਂਦਾ, ਉਦੋਂ ਅਗਲਾ 1,00,000 ਲੈਂਦਾ। ਜੀ ਬਿਲਕੁਲ ਠੀਕ ਹੈ, ਮੈਂ ਇੱਕ ਗੱਲ 'ਤੇ ਆਉਣਾ ਚਾਹੁੰਦਾ, ਪਰ ਸਾਡਾ ਨੈਟਵਰਕ, ਮੇਰੀ ਬੇਨਤੀ ਹੈ ਜੀ, ਪਹਿਲੇ ਤਾਂ 6,000 ਕਰੋੜ ਦਾ ਧੰਦਾ ਆ, ਇਹ ਤਾਂ ਜਿਵੇਂ ਜਿਵੇਂ ਸਾਹਿਬ ਮਨਜੀਤ ਸਿੰਘ ਹੋਰਾਂ ਨੇ ਬਜਟ ਪਾਸ ਕੀਤਾ ਹੁੰਦਾ,
3 ਲੱਖ ਦੀ ਆ ਜਾਂਦੀ ਹੈ ਤੇ ਹੁਣ ਗਾਂ ਜਾ ਕੇ ਅੰਤਰਰਾਸ਼ਟਰ ਮੰਡੀ ਚ ਪਤਾ ਨਹੀਂ ਅਮਰੀਕਾ ਚ ਜਾ ਕੇ ਜਾਂਦੀ ਹੈ ਮਾਰਕੀਟ ਚ ਭਾਅ ਕੌਣ ਤੈਅ ਕਰਦਾ ਹੈ ਕਿ ਇਹ ਹਵਾ ਜੀ ਵਿਕਦੀ ਹੈ ਇਹ ਗੱਲਾਂ ਹੀ ਕਰੀ ਜਾਣਗੇ ਕਿਉਂਕਿ ਪੁਲਿਸ ਅਫੀਸਰ ਵੀ ਜਦੋਂ ਅਨਾਉਂਸ ਕਰਦੇ ਆ ਨਾ ਪ੍ਰੈਸ ਕਾਨਫਰੰਸ ਕਰਦੇ ਆ ਰੋਹਿਤ ਮਾਫ ਕਰਨ ਜਦੋਂ ਪੁਲਿਸ ਅਫਸਰ ਪ੍ਰੈਸ ਕਾਨਫਰੰਸ ਕਰਦੇ ਆ ਉਹ ਕਹਿੰਦੇ ਕਿ 1 ਕਰੋੜ ਦੀ ਹੀਰੋਇਨ ਫੜੀ ਗਈ ਸਾਡਾ ਹਮੇਸ਼ਾ ਹੀ ਕੁਐਸਚਨ ਮਾਰਕ ਹੁੰਦਾ ਕਿ ਇਹਦਾ ਕਮੰਤਰੀ ਮੰਡੀ ਚ ਭਾਅ ਕੌਣ ਤੈਅ ਕਰਦਾ ਕਿ 1 ਕਰੋੜ ਦੀ ਫੜੀ ਗਈ ਇਹ ਕਰ ਜਿਸ ਤਰ੍ਹਾਂ 6,000 ਕਰੋੜ ਦਾ ਧੰਦਾ ਬਣਾਤਾ ਇਹਨਾਂ ਨੇ ਇੱਥੇ ਬੈਠਿਆਂ ਬੈਠੇ ਬਣਾਤਾ ਇਸ ਤਰ੍ਹਾਂ ਹੀ ਉਹ ਜਿਹੜੇ ਬੈਠੇ ਨੇ ਅਸੀਂ ਤੇ ਆਫੀਸਰਾਂ ਨੂੰ ਕਿਹਾ ਜੀ ਅਸੀਂ ਡਿਪਟੀ ਸੀਐਮ ਸਾਹਿਬ ਨੂੰ ਕਿਹਾ ਵੀ ਪਹਿਲਾਂ ਇਹਨਾਂ ਨੂੰ ਨੱਥ ਪਾਓ ਜਿਹੜੇ 5 ਕਰੋੜ ਰੁਪਏ ਦਾ ਕਿਲੋ ਕਹੀ ਜਾਂਦੇ ਨੇ ਭਾਵੇਂ ਹੋਵੇ ਤੇ ਭਾਵੇਂ ਗ੍ਰਾਮ ਵੀ ਹੋਵੇ ਮਾੜੀ ਹੈ ਮਾੜੀ ਹੈ ਪਰ ਜਿਹੜਾ ਏਡਾ ਵੱਡੀ ਕਹਿਤ ਨਾ ਜੀ ਏਡਾ ਵੱਡਾ ਮਤਲਬ ਪਤਾ ਨਹੀਂ ਕੀ ਇਹਦੇ ਵਿੱਚ ਇਹ ਕਿੰਨੀ ਕੁ ਚੀਜ਼ ਮਹਿੰਗੀ ਹੈ ਲੋਕ ਲੱਗਦਾ ਕਿ ਦਾ ਚੜਾ ਕੇ ਹਾਂ ਦਾ ਚੜਾ ਕੇ ਉਹ ਰਸਮਜੀਤ ਸਿੰਘ ਜੀ ਇਸ ਮਾਮਲੇ ਤੇ ਸਿਰ ਮਾਰ ਰਹੇ ਆ ਨਹੀਂ ਕਹਿਣੀ ਚਾਹੁੰਦਾ ਗੱਲ ਕੀਮਤ ਨਹੀਂ ਹੈ ਗੱਲ ਇੰਨੀ ਆ ਕਿ ਉਹ ਕਿੰਨੇ ਦਾ ਧੰਦਾ ਉਹ ਵੀ ਇੰਪੋਰਟੈਂਟ ਨਹੀਂ ਹੈ ਕਿੰਨੀ ਤਬਾਹੀ ਪੰਜਾਬ ਦੀ ਹੋਈ ਉਹ ਤੇ ਸਾਡੀ ਅੱਖਾਂ ਦੇ ਸਾਹਮਣੇ ਆ ਅੱਖਾਂ ਦੇ ਸਾਹਮਣੇ ਆ ਜੇ ਉਹ ਸਸਤੀ ਮਿਲ ਰਹੀ ਆ ਤੇ ਇਹ ਤਾਂ ਹੋਰ ਵੀ ਮਾੜੀ ਗੱਲ ਆ ਰਸਮਜੀਤ ਸਿੰਘ ਜੀ ਜੇ ਆਪਾਂ ਉਹਨਾਂ ਨੂੰ ਸਸਤੀ ਪ੍ਰੋਵਾਈਡ ਕਰ ਰਹੇ ਆ ਪੈਸੇ ਘੱਟ ਲੈ ਰਹੇ ਆ ਤੇ ਇੰਨੀ ਵੱਡੇ ਪੱਧਰ ਤੇ ਸਪਰੈਡ ਕਰ ਰਹੇ ਹੋ ਤੇ ਹੋਰ ਵੀ ਮਾੜੀ ਗੱਲ ਆ ਬਿਲਕੁਲ ਆਪਾਂ ਇਸ ਮੁੱਦੇ ਦੇ ਉੱਤੇ ਗ੍ਰਿਵਲ ਸਾਹਿਬ ਜਦੋਂ ਪ੍ਰਾਈਮ ਮਿਨਿਸਟਰ ਗੱਲ ਕਹਿੰਦਾ ਹੈ ਕਿ ਵੀ ਜਿਹੜੀ ਸਪਲਾਈ ਹੋ ਰਹੀ ਆ ਔਰ ਉਹਦਾ ਜਿਹੜਾ ਪੈਸਾ ਹੈ ਉਹ ਅੱਤਵਾਦੀਆਂ ਨੂੰ ਜਾਂਦਾ ਹੈ ਇਹਦਾ ਮਤਲਬ ਹੈ ਕਿ ਸਿੱਧੇ ਤੌਰ ਤੇ ਇਹ ਧੰਦਾ ਕਿਤੇ ਜਾ ਕੇ ਅੱਤਵਾਦ ਨਾਲ ਵੀ ਜੁੜਦਾ ਹੈ ਇਹਦਾ ਤਾਂ ਇਹ ਹੋਇਆ ਕਿ ਦੇਸ਼ ਦੀ ਸਿਕਿਉਰਿਟੀ ਲਈ ਵੀ ਥ੍ਰੈਟ ਹੈ ਤੁਸੀਂ ਕੀ ਕਹੋਗੇ ਬਿਲਕੁਲ ਥ੍ਰੈਟ ਹੈਗਾ ਦੇਸ਼ ਦੀ ਸਿਕਿਉਰਿਟੀ ਲਈ ਜਦੋਂ ਪ੍ਰਧਾਨ ਮੰਤਰੀ USA ਗਏ ਸੀ ਜੀ ਉੱਥੇ ਜਿਹੜੇ ਬਹੁਤ ਪ੍ਰੋਮੀਨੈਂਟ ਸਿੱਖ ਸੀ ਉਹ ਆ ਕੇ ਮਿਲੇ ਉਹਨਾਂ ਨੇ ਇਹ ਕੁਐਸਚਨ ਕੀਤਾ ਉਹਨਾਂ ਨੂੰ ਕਿ ਪੰਜਾਬ ਦੇ ਅੰਦਰ ਇਹ ਕਿਉਂ ਚੱਲ ਰਿਹਾ ਇਸ ਨੂੰ ਰੋਕੋ ਔਰ ਉਸ ਤੋਂ ਬਾਅਦ ਉਹਨਾਂ ਨੂੰ ਬੜੀ ਠੇਸ ਲੱਗੀ ਉਸ ਚੀਜ਼ ਦੀ ਔਰ ਉਸ ਤੋਂ ਬਾਅਦ ਅਮਰੀਕਾ ਦੀ ਜਿਹੜੀ ਜਦੋਂ ਗੱਲਬਾਤ ਕੀਤੀ ਪ੍ਰੈਜ਼ੀਡੈਂਟ ਨਾਲ ਉਸ ਗੱਲ 'ਚ ਵੀ ਉਹ ਗੱਲ ਆਈ ਜੀ ਜੀ ਅਤੇ ਇਸ ਕਰਕੇ ਪ੍ਰਧਾਨ ਮੰਤਰੀ ਬਹੁਤ ਜ਼ਿਆਦਾ ਇਸ ਲਈ ਸਰਕਾਰ ਨੂੰ ਕਹਿ ਰਹੇ ਆ ਔਰ ਪੂਰੇ ਦੇਸ਼ ਦੇ ਅੰਦਰ ਵੀ ਇਹ ਰੁਕਣਾ ਚਾਹੀਦਾ ਕਿਉਂਕਿ ਸਾਡਾ ਦੇਸ਼ ਇਹਦੀ ਮੰਡੀ ਨਹੀਂ ਬਣਨਾ ਚਾਹੀਦਾ ਔਰ ਪੰਜਾਬ ਵੀ ਨਹੀਂ ਬਣਨਾ ਚਾਹੀਦਾ ਇਹਦੇ 'ਚ ਪੰਜਾਬ ਦਾ ਵੀ ਭਲਾ ਸਾਡਾ ਸਾਰੇ ਇੱਥੋਂ ਦੇ ਲੋਕਾਂ ਦਾ ਵੀ ਭਲਾ ਅੱਜ ਉਹ ਮਾਂ ਬਾਪ ਉਹ ਭੈਣਾਂ ਜਿਹੜੀਆਂ ਬਿਨਾਂ ਸੁਹਾਗ ਤੋਂ ਬੈਠੀਆਂ ਨੇ ਵਿਚਾਰੀਆਂ ਉਹਨਾਂ ਤੋਂ ਪੁੱਛੋ ਜਾ ਕੇ ਉਹਨਾਂ ਦੇ ਦਿਲ 'ਤੇ ਕੀ ਬੀਤਦੀ ਹੈ ਜਿਹਨਾਂ ਦੇ ਬੱਚੇ ਨਸ਼ਿਆਂ 'ਚ ਨੇ ਜੀ 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 ਬਲਟੂਆ ਸਾਹਿਬ ਆਪਾਂ ਬ੍ਰੇਕ ਲੈਣ ਲੱਗੇ ਬ੍ਰੇਕ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹਾਂਗਾ ਕਿ ਜਿੱਦਾਂ ਗਰੇਵਾਲ ਸਾਹਿਬ ਨੇ ਗੱਲ ਕਹੀ ਹੈ ਆਪਾਂ ਪੰਜਾਬ ਦੇ ਵਿੱਚ ਖਾੜਕੂਵਾਦ ਦੇ ਦੌਰ ਦੌਰਾਨ ਅੱਧ ਦੇ ਦੌਰਾਨ ਪੰਜਾਬ ਦਾ ਬਹੁਤ ਭਾਰੀ ਨੁਕਸਾਨ ਹੋਇਆ ਪ੍ਰਾਈਮ ਮਿਨਿਸਟਰ ਦਾ ਬੜਾ ਸਪੈਸੀਫਿਕ ਕਮੈਂਟ ਹੈ ਇਸ ਗੱਲ ਦੇ ਉੱਤੇ ਕਿ ਵੀ ਇਹ ਪੈਸਾ ਅੱਤਵਾਦ ਨੂੰ ਜਿੰਦਾ ਜਿੰਦਾ ਤੁਸੀਂ ਆਪਾਂ ਕਹਿੰਦੇ ਕਿ ਹਰ ਰੋਜ਼ 500-500 ਕਿਲੋ ਫੜੀ ਜਾਂਦੀ ਹੈ ਕਿਸੇ ਵੇਲੇ ਇਹ ਮੁੜ ਕੇ ਪੰਜਾਬ ਦੇ ਲਈ ਅਨਰੈਸਟ ਜਾਂ ਇਨਸਕਿਉਰਿਟੀ ਦੀ ਪ੍ਰੋਬਲਮ ਵੀ ਖੜੀ ਕਰ ਸਕਦਾ ਜੇ ਕਾਬੂ ਨਹੀਂ ਪੈਂਦਾ ਇਹਦੇ 'ਤੇ ਦੇਖੋ ਇਹ ਪ੍ਰਾਈਮ ਮਿਨਿਸਟਰ ਸਾਹਿਬ ਕੋਲ ਕਿਉਂਕਿ ਉਹ ਉਹਨਾਂ ਕੋਲ ਸਾਰੀਆਂ ਏਜੰਸੀਆਂ ਦੀ ਰਿਪੋਰਟ ਜਾਂਦੀ ਜੀ ਜੀ ਅਤੇ ਜੇ ਉੱਧਰ ਜਿਹੜੇ ਸਮਗਲਰ ਨੇ ਕਿਉਂਕਿ ਪਾਕਿਸਤਾਨ ਤਾਂ ਮੇਰਾ ਖਿਆਲ ਐਡਾ ਹੀ ਜਿਹੜਾ ਟੈਰਰਿਜ਼ਮ ਦਾ ਬਣ ਗਿਆ ਜੀ ਅਤੇ ਪਾਕਿਸਤਾਨ ਥਰੂ ਹੀ ਸਾਰੀ ਸਮਗਲਿੰਗ ਹੋ ਰਹੀ ਹੈ ਅਤੇ ਉਹ ਪੈਸਾ ਕਿੱਥੇ ਵਰਤਿਆ ਜਾ ਰਿਹਾ ਕਿਵੇਂ ਵਰਤਿਆ ਜਾ ਰਿਹਾ ਕਿੰਨਾ ਉੱਥੋਂ ਦੇ ਜਿਹੜੀ ਕਿਸੇ ਨਾ ਕਿਸੇ ਤਰੀਕੇ 'ਤੇ ਨਾ ਅਥੈਂਟਿਕ ਗੱਲ ਉਹਨੇ ਕੀਤੀ ਹੋਊਗੀ ਇਹ ਸਾਡੇ ਦੇਸ਼ ਨੂੰ ਸੁਚੇਤ ਹੋਣਾ ਚਾਹੀਦਾ ਪਰ ਮੇਰਾ ਖਿਆਲ ਜਿਹੜਾ ਬੰਦਾ ਇਸ ਬੁਰਾਈ 'ਚ ਵੜਿਆ ਹੈ ਉਹ ਉਹਦੇ 'ਤੇ ਇਹਨਾਂ ਗੱਲਾਂ ਦੇ ਨਾਲ ਇਕੱਲਾ ਅਸਰ ਨਹੀਂ ਹੋਣ ਲੱਗਾ ਜੀ ਉਹਦੇ ਤੱਕ ਉੱਤੋਂ ਦੀ ਲੰਘ ਜਾਂਦੀਆਂ ਨੇ ਜੀ ਉਹ ਤਾਂ ਬਣੇ ਨਹੀਂ ਇਹਦੇ ਲਈ ਮੇਰਾ ਕਹਿਣ ਦਾ ਮਤਲਬ ਹੈ ਇਹ ਸਭ ਤੋਂ ਜਿੱਥੇ ਪੰਜਾਬ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਪੰਜਾਬ ਪੁਲਿਸ ਨੂੰ ਕੰਮ ਕਰਨਾ ਚਾਹੀਦਾ ਜਿੱਥੇ ਸਮਾਜਿਕ ਸੇਵੀ ਸੰਸਥਾਵਾਂ ਦੀ ਗੱਲ ਕੀਤੀ ਗਰੇਵਾਲ ਸਾਹਿਬ ਨੇ ਗੱਲ ਕੀਤੀ ਜਾਂ ਧਾਰਮਿਕ ਜਥੇਬੰਦੀਆਂ ਦੀ ਗੱਲ ਹੈ ਜਾਂ ਸਕੂਲਾਂ ਦੇ ਅਧਿਆਪਕਾਂ ਦੀ ਗੱਲ ਹੈ ਸਭ ਤੋਂ ਪਹਿਲਾਂ ਮਾਪਿਆਂ ਦੀ ਗੱਲ ਹੈ ਔਰ ਮੈਂ ਇਹਦੇ ਨਾਲ ਕਹੂੰਗਾ ਜਿਹੜਾ ਬਾਰਡਰ ਹੈ ਬਾਰਡਰ ਕਿਹਨੇ ਸੀਲ ਕਰਨਾ ਆਣ ਕੇ ਪਾਕਿਸਤਾਨ ਨੇ ਕਰਨਾ ਜੀ ਜਿਹੜੀ BSF ਲਾਈ ਅਸੀਂ ਉੱਥੇ ਉਹਨੂੰ ਉਹਦੇ ਤੋਂ ਪੂਰਾ ਕੰਮ ਲੈਣਾ ਉਹ ਕਿੰਨੇ ਲੈਣਾ ਆਣ ਕੇ ਆਪਾਂ ਇਸ ਮੁੱਦੇ 'ਤੇ ਦੁਬਾਰਾ ਆਉਂਦੇ ਹਾਂ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਚਰਚਾ ਕਰ ਰਹੇ ਹਾਂ ਇਸ ਮੁੱਦੇ ਦੇ ਉੱਤੇ ਕਿ ਪੰਜਾਬ ਨੂੰ ਕਿਹੜੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈ ਰਿਹਾ ਕਿਹੜੇ ਇਸ਼ੂ ਹੈ ਕਿ ਅਹਿਮ ਸਵਾਲ ਆਪਣੇ ਮਹਿਮਾਨਾਂ ਨਾਲ ਸਾਂਝੇ ਕਰਾਂਗੇ ਪਰ ਵਕਤ ਹੈ ਹੁਣ ਛੋਟੇ ਜਿਹੇ ਬ੍ਰੇਕ ਦਾ ਤੁਸੀਂ ਇੰਤਜ਼ਾਰ ਕਰੋ ਬ੍ਰੇਕ ਖਤਮ ਹੋਣ ਤੱਕ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ ਬਲਟੂਆ ਜੀ ਬ੍ਰੇਕ ਤੋਂ ਪਹਿਲਾਂ ਆਪਾਂ ਚਰਚਾ ਕਰ ਰਹੇ ਤੁਸੀਂ ਕਹਿ ਰਹੇ ਸੀ ਕਿ ਵੀ ਜਿਹੜਾ ਬਾਰਡਰ ਹੈਗਾ ਉਹ ਕਿੱਦਾਂ ਦਾ ਉੱਥੇ ਸੀਰੀਅਸ ਥ੍ਰੈਟ ਹੈਗੀ ਹੈ BSF ਹੈ ਦੂਜੀਆਂ ਫੋਰਸਿਸ ਹੈ ਕਿੱਦਾਂ ਆਪਰੇਟ ਕਰਦੀ ਹੈ ਸੰਖੇਪ 'ਚ ਕਿਉਂਕਿ ਆਪਾਂ ਹੋਰ ਇਸ਼ੂਜ਼ 'ਤੇ ਵੀ ਗੱਲ ਕਰਾਂਗੇ ਮੇਰਾ ਖਿਆਲ ਹੈ ਜੀ ਦਿਨੇ 'ਤੇ ਬਾਰਡਰ 'ਤੇ ਕੋਈ ਐਕਟੀਵਿਟੀ ਜਿਹੜੀ ਹੈ ਮਾੜੀ ਉਹ ਚੱਲ ਨਹੀਂ ਸਕਦੀ ਜੀ ਜੀ ਕਿਉਂਕਿ ਦਿਨ ਦੇ ਟਾਈਮ ਚਾਨਣ ਵੀ ਹੁੰਦਾ ਹੈ ਔਰ ਜਿਹੜੀ BSF ਉਹ ਵੀ ਐਕਟਿਵ ਹੁੰਦੀ ਹੈ ਜੀ ਜੀ ਔਰ ਜਿਹੜੀ ਰਾਤ ਨੂੰ ਤਾਂ ਉੱਥੇ ਦਿਨ ਨਾਲੋਂ ਵੀ ਵੱਧ ਚਾਨਣ ਹੁੰਦਾ ਪਰ ਕਿਉਂਕਿ ਕਮਜ਼ੋਰੀ ਇਸ ਕਰਕੇ ਆ ਜਾਂਦੀ ਹੈ ਕਿ ਰਾਤ ਨੂੰ ਜਿਹੜੀ ਵਿਚਾਰੇ ਉੱਥੇ BSF ਦੇ ਸਾਡੇ ਜਿਹੜੇ ਜਵਾਨ ਨੇ ਉਹਨਾਂ ਨੂੰ ਬੀਟ ਦੇ ਦਿੱਤੀ ਜਾਂਦੀ ਇਕੱਲੇ ਇਕੱਲੇ ਨੂੰ ਉਹ ਜਿਹੜੇ ਸਮਗਲਰ ਜਦੋਂ ਆਉਂਦੇ ਨੇ ਉਹ ਵੀ ਹਥਿਆਰਬੰਦ ਹੋ ਕੇ ਆਉਂਦੇ ਨੇ
ਅਤੇ BSF ਜਵਾਨਾਂ ਨੂੰ ਤਾਂ ਇਹ ਚਾਹੀਦਾ ਹੈ ਵੀ ਜਿਹੜਾ ਸਮਗਲਰ ਆ ਰਿਹਾ ਸਭ ਤੋਂ ਵੱਡਾ ਸਾਡੇ ਦੇਸ਼ ਦਾ ਦੁਸ਼ਮਣ ਹੈ ਅਤੇ ਭਾਵੇਂ ਕੋਈ ਹੈਗਾ ਮੈਨੂੰ ਗੋਲੀ ਨਾ ਡਾ ਦੇਣਾ ਅਤੇ ਸਾਡਾ ਜਵਾਨ ਤਾਂ ਜੇ ਉੱਥੇ ਦੜਵਟ ਕੇ ਬਹਿ ਜਾਓ ਕਿਤੇ ਮੈਨੂੰ ਸਮਗਲਰ ਨਾਲ ਗੋਲੀ ਮਾਰ ਦੇਣ ਹਾਂਜੀ ਅਤੇ ਉੱਥੇ ਵੱਡੀ ਕਰ ਦੇਣ ਸਭ ਤੋਂ ਵੱਡੀ ਸਮੱਸਿਆ ਹੀ ਇਹੀ ਉੱਥੇ ਉੱਥੇ BSF ਦੀ ਕਮਜ਼ੋਰੀ ਤੋਂ ਬਿਨਾਂ BSF ਦੇ ਰਲੇ ਤੋਂ ਬਿਨਾਂ ਇੱਕ ਇੰਚ ਵੀ ਜਿਹੜੀ ਹੈ ਇੱਕ ਗ੍ਰਾਮ ਵੀ ਜਿਹੜੀ ਹੈ ਜੀ ਡਰੱਗ ਨਹੀਂ ਆ ਸਕਦਾ ਜੀ ਬੜਾ ਇਹ ਸੀਰੀਅਸ ਇਸ਼ੂ ਹੈਗਾ ਪਰ ਆਪਣੇ ਕੋਲ ਹੋਰ ਅਹਿਮ ਮਾਮਲੇ ਵੀ ਜਿਨ੍ਹਾਂ 'ਤੇ ਅਸੀਂ ਅੱਜ ਦੇ ਡਿਬੇਟ ਦੇ ਵਿੱਚ ਲੈਣਾ ਚਾਹੁੰਦੇ ਹਾਂ ਪਰ ਸਰ ਪੰਜਾਬ ਦੇ ਵਿੱਚ ਬਹੁਤ ਵੱਡਾ ਇੱਕ ਮੁੱਦਾ ਹੈਗਾ ਉਹ ਹੈ ਬੇਰੁਜ਼ਗਾਰੀ ਦਾ ਪਿਛਲੇ ਦਿਨਾਂ ਦੇ ਅੰਦਰ ਕੁਝ ਇੱਦਾਂ ਦੀਆਂ ਘਟਨਾਵਾਂ ਵੀ ਵਾਪਰੀ ਜਿਹਦੇ ਤੋਂ ਲੱਗਦਾ ਕਿ ਪੰਜਾਬ 'ਚ ਬਹੁਤ ਜ਼ਿਆਦਾ ਅਨਇੰਪਲਾਇਮੈਂਟ ਹੈਗੀ ਹੈ ਇਹਨੂੰ ਸੋਲਵ ਕਰਨ ਦੇ ਇਸ਼ੂ ਦੇ ਉੱਤੇ ਤੁਸੀਂ ਕੀ ਰਾਏ ਰੱਖਦੇ ਹੋ ਦੇਖੋ ਆਪਣਾ ਖੇਤੀ ਪ੍ਰਧਾਨ ਸੂਬਾ ਹੈਗਾ ਅਤੇ ਖੇਤੀ ਜਿਹੜੀ ਹਮੇਸ਼ਾ ਦੁਨੀਆ ਦੇ ਵਿੱਚ ਇੱਕ ਲੂਜ਼ਿੰਗ ਪ੍ਰੋਪੋਜੀਸ਼ਨ ਹੁੰਦੀ ਹੈ ਉਹਦੇ 'ਤੇ ਤੁਸੀਂ ਲੰਬੇ ਦੌਰ 'ਤੇ ਟਿਕ ਨਹੀਂ ਸਕਦੇ ਆਪਣੀ ਆਰਥਿਕਤਾ ਨੂੰ ਕੋਈ ਦੋ ਰਾਏ ਨਹੀਂ ਹੈ ਹੁਣ ਉਦੋਂ ਬਾਅਦ ਸਾਨੂੰ ਚਾਹੀਦਾ ਸੀ ਕਿ ਅਸੀਂ ਜਿਹੜੀ ਸਾਡੇ ਯੂਥ ਆ ਮੈਨ ਪਾਵਰ ਆ ਉਸ ਨੂੰ ਟ੍ਰੇਨ ਕਰਕੇ ਚੰਗੀਆਂ ਪੜ੍ਹਾਈ ਕਰਾ ਕੇ ਚੰਗੀ ਹਾਇਰ ਐਜੂਕੇਸ਼ਨ ਦੇ ਕੇ ਚੰਗੇ ਸਕਿੱਲ ਦੇ ਕੇ ਅਸੀਂ ਸਾਰੇ ਦੇਸ਼ ਦੇ ਵਿੱਚ ਸਪਰੈਡ ਕਰਦੇ ਪੰਜਾਬ 'ਚ ਵੀ ਨੌਕਰੀਆਂ ਲਾਉਂਦੇ ਜੇ ਪੰਜਾਬ 'ਚ ਇੰਡਸਟਰੀ ਨਹੀਂ ਰਹੀ ਕਿਸੇ ਕਾਰਨਾਂ ਕਰਕੇ ਵਲਟੋਵਾ ਜੀ ਜ਼ਿਆਦਾ ਜਾਣਦੇ ਆ ਪਰ ਉੱਥੇ ਆਪਾਂ ਬਾਹਰਲੇ ਸੂਬਿਆਂ 'ਚ ਚੰਗੇ ਮੈਨ ਪਾਵਰ ਬਹੁਤ ਲੋੜ ਆ ਸਾਰਿਆਂ ਅਸੀਂ ਕੀ ਕੀਤਾ ਆ ਕਿ ਅਸੀਂ ਧੜਾ ਧੜ ਪ੍ਰਾਈਵੇਟ ਕਾਲਜ ਧੜਾ ਧੜ ਪ੍ਰਾਈਵੇਟ ਯੂਨੀਵਰਸਿਟੀਆਂ ਦੁਕਾਨਾਂ ਖੋਲ੍ਹਤੀਆਂ ਕੋਈ ਰੈਗੂਲੇਸ਼ਨ ਅਥਾਰਿਟੀ ਨਹੀਂ ਕੀ ਉਹਦੀ ਕੁਆਲੀਫਿਕੇਸ਼ਨ ਹੈ ਕੀ ਉਹਦੀ ਕੁਆਲਿਟੀ ਆਫ ਐਜੂਕੇਸ਼ਨ ਹੈ ਕੀ ਫੀਸਾਂ ਹੈ ਕੁਛ ਕੰਟਰੋਲ ਨਹੀਂ ਇਹੋ ਜਿਹੀ ਆਪਾਂ ਧਾਪੀ ਕਰਤੀ ਇਹੋ ਜਿਹੀ ਪ੍ਰਾਈਵੇਟ ਸਕੂਲ ਬਿਜ਼ਨਸ ਖੁੱਲ੍ਹ ਗਏ ਉਹ ਜਿਹੜੀ ਮੈਨ ਪਾਵਰ ਸੀਗੀ ਹੁਣ ਜਦੋਂ ਉਹਨਾਂ ਦੀ ਇੰਪਲਾਇਮੈਂਟ ਹੋਣੀ ਹੈ ਜਿਹੜੀ ਤੁਸੀਂ ਅਨਇੰਪਲਾਇਮੈਂਟ ਦੀ ਗੱਲ ਕਰਦੇ ਇੰਡਸਟਰੀਅਲਿਸਟ ਆਉਂਦੇ ਆ ਉਹ ਕਹਿੰਦੇ ਜੀ 70% ਅਨਇੰਪਲਾਇਬਲ ਆ ਬੰਦੇ ਅਸੀਂ ਕਿਸੇ ਕਿਸਮ ਦੀ ਚੰਗੀ ਮਿਆਰੀ ਐਜੂਕੇਸ਼ਨ ਦਾ ਬੀੜਾ ਹੀ ਹਟਾ ਹੋਰ ਕੀ ਕਰ ਰਹੇ ਹਾਂ ਮਾਡਲ ਸਕੂਲ ਖੋਲ੍ਹ ਦਿਓ ਜੀ ਫਲਾਨਾ ਕਰ ਦਿਓ ਜੀ ਕਿ ਉਹ ਬਾਕੀ ਦੇ ਮਤਰੇਈ ਦੇ ਆ ਬਾਕੀ ਦੇ ਬੱਚੇ ਜਿਹੜੇ ਗਰੀਬਾਂ ਦੇ ਬੱਚੇ ਜਿਹੜੇ ਗਵਰਨਮੈਂਟ ਸਕੂਲ ਆਪਾਂ ਸਿਸਟਮ ਨੂੰ ਸੁਧਾਰਨ ਦੀ ਗੱਲ ਕਰੀਏ ਸਿਸਟਮ ਦੀ ਜੇ ਪ੍ਰੋਬਲਮ ਗਰੀਬਾਲ ਸਾਹਿਬ ਜਿੱਦਾਂ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਦਾ ਕਹਿਣਾ ਕਿ ਵੀ ਪੰਜਾਬ ਦੇ ਜਿਹੜੀ ਬੇਰੁਜ਼ਗਾਰੀ ਹੈ ਉਹਦੀ ਇੱਕ ਮੇਨ ਵਜ੍ਹਾ ਇਹ ਵੀ ਹੈ ਕਿ ਵੀ ਅਸੀਂ ਬੇਲਗਾਮਾ ਕਰਤਾ ਸਾਰਾ ਸਿਸਟਮ ਜਿਹਦਾ ਦਿਲ ਕਰਿਆ ਯੂਨੀਵਰਸਿਟੀ ਖੋਲ੍ਹੀ ਜਿਹਦਾ ਦਿਲ ਕਰਿਆ ਕਾਲਜ ਖੋਲ੍ਹੇ ਸਕੂਲ ਖੋਲ੍ਹੇ ਅਤੇ ਜਿਹੜੀ ਇੰਪਲਾਇਮੈਂਟ ਪ੍ਰਤੀ ਹੋਣਾ ਚਾਹੀਦਾ ਸੀ ਰੁਝਾਨ ਜਾਂ ਟ੍ਰੈਂਡ ਜਿਹੜਾ ਉਹ ਨਹੀਂ ਬਣ ਸਕਿਆ ਨਹੀਂ ਉਹਦੇ 'ਚ ਦੋ ਕਾਰਨ ਨੇ ਜੀ ਜੀ ਇੱਕ ਤਾਂ ਸਭ ਤੋਂ ਬੜਾ ਇਹ ਹੈ ਕਿ ਜ਼ਮੀਨ ਦੇ ਛੋਟੇ ਛੋਟੇ ਟੁਕੜੇ ਹੁੰਦੇ ਜਾਂਦੇ ਜਾ ਰਹੇ ਆ ਸਮਾਲ ਐਂਡ ਮਾਰਜਨਲ ਫਾਰਮਰਸ ਬਹੁਤ ਜ਼ਿਆਦਾ ਵੱਧ ਗਏ ਔਰ ਉਹਦੇ ਕਾਰਨ ਕਰਕੇ ਦੋ ਦੋ ਵਿਘੇ ਜ਼ਮੀਨ ਰਹਿ ਗਈ ਉਹ ਖੇਤੀ ਦੇ ਕਾਬਲ ਹੀ ਨਹੀਂ ਰਹੇ ਵਿਚਾਰੇ ਔਰ ਇਸ ਕਰਕੇ ਖੇਤੀ ਵੈਸੇ ਵੀ ਘਾਟੇ ਵਾਲਾ ਧੰਦਾ ਤਾਂ ਦੇਸ਼ ਦੇ ਅੰਦਰ ਹਰ ਸਾਲ 32 ਲੱਖ ਕਿਸਾਨ ਖੇਤੀ ਦੇ ਧੰਦੇ ਤੋਂ ਅਲੱਗ ਹੋ ਕੇ ਬੇਰੁਜ਼ਗਾਰ ਹੋ ਜਾਂਦਾ ਉਹਦਾ ਪੰਜਾਬ 'ਚ ਵੀ ਉਸੇ ਰੇਸ਼ੋ ਨਾਲ ਆਉਂਦਾ ਕਿਉਂਕਿ ਪੰਜਾਬ ਤਾਂ ਖੇਤੀ ਪ੍ਰਧਾਨ ਸੂਬਾ ਔਰ ਦੂਸਰੀ ਕਾਰਨ ਇਹ ਆ ਕਿ ਇੰਡਸਟਰੀ 'ਚ ਜਿਹੜੇ ਪੜੋਸੀ ਸੀਗੇ ਗਵਾਂਢੀ ਸੂਬੇ ਉਹਨਾਂ ਨੂੰ ਕੇਂਦਰ ਸਰਕਾਰ ਦੀ ਤਰਫੋਂ ਸਹੂਲਤਾਂ ਮਿਲੀਆਂ ਉਹ ਸਾਡੇ ਹੈ ਨਹੀਂ ਸੀ ਅਤੇ ਹੋਰ ਵੀ ਕਈ ਕਾਰਨ ਹੋਏ ਕਿ ਸਾਡੇ ਇੱਥੋਂ ਇੰਡਸਟਰੀ ਪਲਾਇਨ ਕਰ ਗਈ ਔਰ ਉਹ ਰੁਜ਼ਗਾਰ ਦਾ ਉਹ ਵੀ ਵੱਡਾ ਸਾਧਨ ਹੁੰਦਾ ਜੀ ਅਤੇ ਬਾਕੀ ਜਿਹੜੀ ਇਹਨਾਂ ਨੇ ਠੀਕ ਗੱਲ ਕਹੀ ਹੈ ਪ੍ਰੋਫੈਸਰ ਸਾਹਿਬ ਨੇ ਮਨਜੀਤ ਸਿੰਘ ਜੀ ਨੇ ਉਹ ਵੀ ਠੀਕ ਹੈ ਮੈਂ ਉਹਦੇ ਨਾਲ ਸਹਿਮਤ ਹਾਂ ਔਰ ਇੱਕ ਕਾਰਨ ਹੋਰ ਹੋਇਆ ਕਿ ਯੋਜਨਾਬੱਧ ਢੰਗ ਦੇ ਨਾਲ ਜਿਹੜਾ ਐਜੂਕੇਸ਼ਨ ਦਾ ਜਿਹੜਾ ਪ੍ਰਸਾਰ ਉਹ ਨਹੀਂ ਹੋਇਆ ਉਹ ਨਹੀਂ ਹੋਇਆ ਜੀ ਔਰ ਦੂਸਰਾ ਕੀ ਹੈ ਕਿ ਜਿਹੜੇ ਆਰਮੀ ਦੇ ਅੰਦਰ ਸਾਡੀ ਸਟਰੈਂਥ ਹੁੰਦੀ ਸੀ ਬਹੁਤੇ ਲੋਕ ਕਿਸਾਨਾਂ ਦੇ ਪਿੰਡਾਂ ਦੇ ਆਰਮੀ 'ਚ ਚਲੇ ਜਾਂਦੇ ਸੀ ਔਰ ਉਹਦੇ 'ਚ ਵੀ ਸਾਡੀ ਸੰਖਿਆ ਘੱਟ ਗਈ ਜੀ ਔਰ ਉਹ ਵੀ ਵਧਣੀ ਚਾਹੀਦੀ ਆ ਉਹਦੇ ਲਈ ਦੁਬਾਰਾ ਕੇਂਦਰ ਸਰਕਾਰ ਨਾਲ ਗੱਲ ਕਰਨੀ ਪਊਗੀ ਔਰ ਇਹ ਜਿਹੜਾ ਇੰਡਸਟਰੀ ਦਾ ਹੈਗਾ ਉਸ ਨੂੰ ਵੀ ਸਾਨੂੰ ਵਧਾਉਣਾ ਪਊਗਾ ਔਰ ਇੰਡਸਟਰੀ ਫਰੈਂਡਲੀ ਮਾਹੌਲ ਪੈਦਾ ਕਰਨਾ ਪਊਗਾ ਔਰ ਇੰਡਸਟਰੀ ਫਰੈਂਡਲੀ ਮਾਹੌਲ ਅੱਜ ਦੀ ਡੇਟ 'ਚ ਹੈ ਨਹੀਂ ਆਪਾਂ ਬਲਟੋਆ ਸਾਹਿਬ ਕੋਲ ਜਾਣੇ ਬਲਟੋਆ ਸਾਹਿਬ ਤੁਸੀਂ ਜੀ ਮੈਂ ਇੰਨੀ ਕੋਈ ਇੰਟਰਵੈਂਸ਼ਨ ਕਰਨੀ ਚਾਹੁੰਦਾ ਵੀ ਜਦੋਂ ਉਹ ਭਰਤੀ ਕਰਦੇ ਆ ਸਾਡੇ ਮੁੰਡੇ ਜਾਂਦੇ ਆ ਉਹ ਭੱਜਣ ਦਾ ਟੈਸਟ ਲੈਂਦੇ ਆ ਉਹ 10 ਕਦਮ ਭੱਜ ਹੀ ਨਹੀਂ ਸਕਦੇ ਡਰੱਗ ਨੇ ਖਾ ਲਿਆ ਜੀ ਜੀ ਉਹ ਪ੍ਰਮਜੀਤ ਸਿੰਘ ਜੀ ਆਪਾਂ ਇਸ ਚੀਜ਼ ਉੱਤੇ ਆਪਾਂ ਗੱਲ ਕਰਕੇ ਹਟੇ ਹਾਂ ਜਿਹੜੀ ਗੱਲ ਇਹਨਾਂ ਨੇ ਰੇਜ਼ ਕੀਤੀ ਹੈ ਬਲਟੋਆ ਸਾਹਿਬ ਕਿ ਬਈ ਪੰਜਾਬ ਦੇ ਅੰਦਰ ਜਿਹੜਾ ਹੈਗਾ ਐਜੂਕੇਸ਼ਨ ਸਿਸਟਮ ਦਾ ਕੋਈ ਯੋਜਨਾਬੱਧ ਢੰਗ ਨਾਲ ਪਸਾਰ ਨਹੀਂ ਹੋਇਆ ਇੰਡਸਟਰੀ ਸਾਡੀ ਬਾਹਰ ਚਲੀ ਗਈ ਫੌਜ ਦੇ ਅੰਦਰ ਜਿਹੜਾ ਭਰਤੀ ਦੇ ਸਾਡੇ ਲਈ ਮੌਕੇ ਘੱਟ ਗਏ ਇਹ ਸਾਰੇ ਵਜ੍ਹਾ ਹੈਗੇ ਕਿ ਜਾਂ ਤੁਸੀਂ ਕੋਈ ਵੱਖਰੇ ਕਾਰਨ ਸਮਝਦੇ ਹੋ ਪਹਿਲਾਂ ਤਾਂ ਮੈਂ ਦੱਸ ਦਵਾਂ ਜੀ ਸਾਹਿਬ ਮਨਜੀਤ ਸੋਹਰੀ ਨਾ ਐਂ ਜਾਪਦਾ ਜਿਵੇਂ ਪੰਜਾਬ ਬਿਲਕੁਲ ਹੀ ਖਤਮ ਹੀ ਹੋ ਗਈ ਕਹਾਣੀ ਖਤਮ ਹੋ ਗਈ ਜੀ ਵੀ ਇੱਥੇ ਤਾਂ ਜਵਾਨ ਜਿਹੜਾ ਸਾਡਾ ਭਰਤੀ ਹੋਣ ਚੁੱਕਾ ਵੀ ਨਹੀਂ ਰਹਿ ਗਿਆ ਇੰਨਾ ਪੰਜਾਬ ਨੂੰ ਆਪਣੇ ਆਪ ਨੂੰ ਬਦਨਾਮ ਨਾ ਕਰੋ ਇਹ ਨਾ ਇਹਦੇ ਨੇੜੇ ਤੇੜੇ ਵਾਲੀ ਗੱਲ ਵੀ ਕਿਤੇ ਸ਼ੁਰੂਆਤ ਵੀ ਹੈ ਨਹੀਂ ਪੰਜਾਬ ਨੇ ਇਹਨਾਂ ਦੇ ਵੀ 4 ਪਾਰਲੀਮੈਂਟ ਮੈਂਬਰ ਜਿਤਾਏ ਆ ਮੈਂ ਜਿਹੜੀ ਗੱਲਾਂ ਚਲੋ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਜੋ ਫਿਰ ਆਪਣੀ ਡਿਬੇਟ ਇਸੇ ਕੰਮ 'ਚ ਲੰਘ ਜਾਣੀ ਜੀ ਜੀ ਉਹਦੇ ਪੈਰ ਥੱਲੇ ਬਟੇਰ ਆ ਕੇ ਤਾਂ ਸ਼ਿਕਾਰੀ ਬਣ ਗਏ ਉਹ ਗੱਲ ਵੱਖਰੀ ਹੈ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਮੇਰਾ ਕਹਿਣ ਦਾ ਮਤਲਬ ਆ ਪੰਜਾਬ ਦਾ ਜਵਾਨ ਅੱਜ ਵੀ ਕੌਡੀਆਂ ਖੇਡਦਾ ਪੰਜਾਬ ਦਾ ਜਵਾਨ ਅੱਜ ਵੀ ਜੇ ਹਿੰਦੁਸਤਾਨ 'ਚ ਜੇ ਸਭ ਤੋਂ ਬਹਾਦਰ ਸੂਰਬੀਰ ਅਤੇ ਹਰ ਪੱਖੋਂ ਸਡੋਲ ਮੰਨਿਆ ਜਾਂਦਾ ਪੰਜਾਬ ਦਾ ਜਵਾਨ ਮੰਨਿਆ ਜਾਂਦਾ ਉਸ ਪਾਸੇ ਸਿਰਫ ਇਸ ਕਰਕੇ ਹੈ ਕਿ ਆਰਮੀ ਦੇ ਵਿੱਚ ਕੋਟਾ ਹੀ ਘਟਾ ਦਿੱਤਾ ਗਿਆ ਉੱਥੇ ਸਾਨੂੰ ਦਿੱਕਤ ਆ ਰਹੀ ਉਹ ਵੱਖਰਾ ਵਿਸ਼ਾ ਔਰ ਜਿਸ ਤੱਕ ਇਹ 'ਚ ਕੋਈ ਦੁਰਾਵਾ ਨਹੀਂ ਕਿ ਅੱਜ ਦੇ ਜਮਾ
ਸਾਡਾ ਪਹਿਲੀ ਗੱਲ ਹੈ ਸਾਡਾ ਜਿਹੜਾ ਬੱਚਾ ਆ ਉਸ ਪਾਸੇ ਜਿਹੜੀ ਸਕਿੱਲ ਵਾਲਾ ਕੰਮ ਵਾਲੇ ਪਾਸੇ ਲੇਬਰ ਵਾਲੇ ਪਾਸੇ ਜਾਣਾ ਹੀ ਨਹੀਂ ਚਾਹੁੰਦਾ। ਉਹ ਤਾਂ ਕਹਿੰਦਾ ਮੈਨੂੰ ਤਾਂ ਕੁਰਸੀ ਚਾਹੀਦੀ, ਉਹ ਵੀ ਘੁੰਮਦੀ ਚਾਹੀਦੀ ਹੈ ਅਤੇ ਬਾਹਰ ਭਾਵੇਂ ਡੁਬਈ ਜਾ ਕੇ ਭਾਵੇਂ ਜਾ ਕੇ ਸਿਸਟਮ 'ਚ ਨੁਕਸ ਤਾਂ ਹੋਇਆ ਨਾ ਜੀ, ਸਿਸਟਮ 'ਚ ਨੁਕਸ ਨਹੀਂ ਸਾਡੀ ਜਿਹੜੀ ਨਹੀਂ ਮੈਂ ਕਹਿੰਦਾ ਇੱਕ ਸਰਕਾਰ ਦਾ ਨਹੀਂ ਨਹੀਂ ਮੇਰੀ ਬੇਨਤੀ ਸੁਣ ਲਓ ਜੀ, ਸਾਡੇ ਲੋਕਾਂ ਨੇ ਸਰਦਾਰੀਆਂ ਭੋਗੀਆਂ ਨੇ ਜੀ, ਸਾਡੇ ਲੋਕਾਂ ਨੇ ਇੱਥੇ ਸਰਦਾਰੀਆਂ ਭੋਗੀਆਂ ਨੇ, ਰਾਜ ਭੋਗੇ ਨੇ ਅਤੇ ਕਿਸਾਨ ਬੜਾ ਖੁਸ਼ਹਾਲ ਰਿਹਾ। ਪਰ ਬਲਟੂਆ ਜੀ ਨਾਲੇ ਕਹਿੰਦੇ ਵੀ ਸਰਦਾਰੀਆਂ ਤਾਂ ਪਾਕਿਸਤਾਨ 'ਚ ਰਹਿ ਗਈਆਂ। ਮੇਰੀ ਬੇਨਤੀ ਸੁਣ ਲਓਗੇ ਨਾ ਜੀ, ਉਹ ਅਜੇ ਅਜੇ ਮਾਨਸਿਕਤਾ ਜਿਹੜੀ ਉਹ ਬਦਲ ਨਹੀਂ ਰਹੀ ਜੀ, ਸਾਡੇ ਲੋਕਾਂ ਦੀ ਇੱਥੇ ਆਪਦੇ ਸੋਸਾਇਟੀ ਦੇ ਵਿੱਚ ਰਹਿ ਕੇ ਜੀ ਉਸੇ ਮਾਨਸਿਕਤਾ ਦੇ ਨਾਲ ਵਿਹਾਰ ਕਰਦੇ ਹਾਂ, ਅਸੀਂ ਉੱਥੇ ਖੜੁੱਤੇ ਹਾਂ। ਪਰ ਜਦੋਂ ਅਸੀਂ ਬਾਹਰ ਚੱਲ ਜਾਂਦੇ ਹਾਂ ਉੱਥੇ ਜਾ ਕੇ ਸਾਨੂੰ ਚਾਹੇ ਪੈਟਰੋਲ ਪੰਪ 'ਤੇ ਤੇਲ ਪਾਉਣਾ ਪੈ ਜੇ ਸਾਰੇ ਅਤੇ ਚਾਹੇ ਸਾਨੂੰ ਲੇਬਰ ਦਾ ਕੰਮ ਕਰਨਾ ਪੈ ਜੇ, ਅਸੀਂ ਉੱਥੇ ਸਭ ਕੁਝ ਕਰਨ ਲਈ ਤਿਆਰ ਹਾਂ। ਇਸੇ ਕਰਕੇ ਹੀ ਪੰਜਾਬ ਦੇ ਅੰਦਰ ਜਿਹੜੀ ਜਿਹੜੀ ਸਕਿੱਲ ਜਿਹੜੀ ਇੰਡਸਟਰੀ ਮਤਲਬ ਜਿਹੜੀ ਐਜੂਕੇਸ਼ਨ ਹੈ ਉਹ ਜਿਹੜੀ ਡਿਵੈਲਪ ਨਹੀਂ ਹੋਈ, ਉਹ ਡਿਵੈਲਪ ਜੇ ਹੈਗੀ ਵੀ ਹੈ ਅਤੇ ਨੌਜਵਾਨਾਂ ਦਾ ਰੁਝਾਨ ਜਾਂ ਮਾਪਿਆਂ ਦਾ ਰੁਝਾਨ ਉਸ ਪਾਸੇ ਜਾਣ ਦਾ ਨਹੀਂ, ਘੱਟ ਹੈਗਾ ਜੀ। ਪਰ ਕੋਸ਼ਿਸ਼ ਹੈਗੀ ਹੈ ਵੀ ਨੌਜਵਾਨਾਂ ਨੂੰ ਅਸੀਂ ਜਿਹੜੀ ਆ ਸਕਿੱਲ ਐਜੂਕੇਸ਼ਨ ਜਿਹੜੀ ਦਈਏ ਉਹ ਇਸ ਪਾਸੇ ਨੂੰ ਜਾਣ, ਅਸੀਂ ITIs ਪੰਜਾਬ ਇੰਸਟੀਚਿਊਟ ਆਫ ਟੈਕਨੋਲੋਜੀ ਜਾਂ ਇੰਜੀਨੀਅਰਿੰਗ ਕਾਲਜ ਜਾਂ ਪੋਲੀਟੈਕਨਿਕ ਕਾਲਜ ਜਿਹੜੇ ਹੈ ਇਸ ਲਈ ਕਾਫ਼ੀ ਵੱਡੇ ਪੱਧਰ 'ਤੇ ਖੋਲ੍ਹੇ ਨੇ ਅਤੇ ਖੋਲ੍ਹ ਵੀ ਰਹੇ ਜੀ। ਜੀ ਬਟੂਆ ਜੀ, ਆਪਾਂ ਹੋਰ ਇਸ਼ੂਜ਼ 'ਤੇ ਵੀ ਗੱਲਬਾਤ ਕਰਨੀ। ਗੁਰਮੇਲ ਸਾਹਿਬ, ਜੇ ਮੈਂ ਤੁਹਾਡੇ ਨਾਲ ਗੱਲ ਕਰਦਾ, ਹੁਣ ਕੇਂਦਰ ਦੇ ਵਿੱਚ ਵੀ BJP ਦੀ ਸਰਕਾਰ, ਆਪਾਂ ਪੰਜਾਬ ਦੇ ਅੰਦਰ ਵੀ ਭਾਈਵਾਲ ਹੈ, ਪਿਛਲੇ ਦਿਨਾਂ ਦੇ ਅੰਦਰ ਜਿਹੜਾ ਚਾਹੇ ਝੋਨੇ ਦੀ ਅਦਾਇਗੀ ਦਾ ਮੁੱਦਾ, ਅਜੇ ਵੀ ਯੂਰੀਆ ਦਾ ਜਿਹੜਾ ਇਸ਼ੂ ਹੈ ਪੰਜਾਬ ਦੇ ਕੁਛ ਸਰਕਲ ਦੇ ਵਿੱਚ ਆ ਰਿਹਾ ਕਿ ਵੀ ਯੂਰੀਆ ਮਿਲ ਨਹੀਂ ਰਿਹਾ, ਫਾਰਮਰ 'ਚ ਪਰੇਸ਼ਾਨੀ ਹੈ, ਕੀ ਵਜ੍ਹਾ ਹੈਗੀ ਹੈ, ਕਿਉਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪੰਜਾਬ ਨੂੰ? ਇਸ ਤਰ੍ਹਾਂ ਜੀ, ਇਹਦੇ ਕਾਰਨ ਤਾਂ ਕਈ ਨੇ ਜੀ, ਪਰ ਮੈਂ ਇਹ ਸਮਝਾਂ ਕਿ ਇਹ ਬਾਦਲ ਸਾਹਿਬ ਤਾਲਮੇਲ ਬਿਠਾ ਲੈਣਗੇ, ਠੀਕ ਕਰ ਲੈਣਗੇ ਉਸਨੂੰ, ਬੜੇ ਉਹਨਾਂ ਦਾ ਅਨੁਭਵ ਬਹੁਤ ਜ਼ਿਆਦਾ ਹੈਗਾ ਜੀ, ਉਸ ਦਾ ਸਾਨੂੰ ਲਾਭ ਮਿਲੇਗਾ ਪੰਜਾਬ ਨੂੰ। ਪਰ ਤੁਸੀਂ ਜਿਹੜੀ ਗੱਲ ਕੀਤੀ ਹੈ ਇਹਦੇ ਨਾਲ ਇੱਕ ਹੋਰ ਗੰਭੀਰ ਸਮੱਸਿਆ ਪੰਜਾਬ 'ਚ ਜੀ, ਜਿਹੜਾ ਮੈਂ ਤਾਂ ਤੁਹਾਡਾ ਧਿਆਨ ਦਵਾ ਦਿੰਦਾ, ਬਿਲਕੁਲ ਸੰਖੇਪ ਦੇ ਵਿੱਚ ਆਪਣੇ ਕੋਲ ਸਮਾਂ ਵੀ ਇਜਾਜ਼ਤ ਨਹੀਂ ਦੇ ਰਿਹਾ, ਪਾਣੀ ਜ਼ਮੀਨ ਦਾ ਉਹ ਬਹੁਤ ਗਹਿਰਾ ਜਾ ਰਿਹਾ, ਸਾਡੇ ਡਾਰਕ ਜ਼ੋਨ ਜ਼ਿਆਦਾ ਬਣ ਗਏ ਨੇ, ਉਹਦੇ ਰੀਚਾਰਜ ਕਰਨ ਲਈ ਅਗਰ ਅਸੀਂ ਨਾ ਉਪਰਾਲੇ ਕੀਤੇ ਔਰ ਬਦਲਵੀਆਂ ਫਸਲਾਂ ਨਾ ਬੀਜੀਆਂ ਤਾਂ ਬਿਮਾਰੀਆਂ ਬਹੁਤ ਹੋਣਗੀਆਂ। ਜੀ ਜੀ ਗਰਮਲ ਸਾਹਿਬ, ਉਹਦੀ ਵੀ ਦਿੱਕਤ ਹੈਗੀ ਆਪਣੇ ਕੋਲ, ਸਮੇਂ ਦੀ ਬੜੀ ਘਾਟ ਹੈ। ਮੈਂ ਪ੍ਰੋਫੈਸਰ ਆਉਣਾ ਤੁਹਾਡੇ ਵੱਲ, ਬਲਟੂਆ ਜੀ, ਇੱਕ ਇਹਨਾਂ ਦਿਨਾਂ ਦੀ ਜਿਹੜੀ ਸਭ ਤੋਂ ਵੱਡੀ ਗੱਲ, ਜਿੱਦਾਂ ਇਹਨਾਂ ਨੇ ਕਿਹਾ ਕਿ ਬਾਦਲ ਸਾਹਿਬ ਬੜੇ ਸਿਆਣੇ ਨੇਤਾ ਹੈ, ਕੇਂਦਰ ਅਤੇ ਪੰਜਾਬ ਜਿਹੜੀਆਂ ਸਮੱਸਿਆ ਹੈਗੀਆਂ ਉਹਨਾਂ ਨੂੰ ਸੁਲਝਾ ਲੈਣਗੇ, ਇਹਦੇ ਬਾਰੇ ਕੋਈ ਸ਼ੱਕ ਨਹੀਂ, ਉਹਨਾਂ ਦਾ ਬੜਾ ਤਜਰਬਾ ਹੈਗਾ। ਪਰ ਜਿਹੜੀ ਅੱਜ ਵੀ ਜੇ ਤੁਸੀਂ ਮੀਡੀਆ ਦੇ ਅੰਦਰ ਦੇਖੋਗੇ, ਜਿਹੜਾ ਦੋਨਾਂ ਪਾਰਟੀਆਂ ਦੇ ਅੰਦਰ ਨਵਜੋਤ ਸਿੱਧੂ ਅਜੇ ਵੀ ਲਗਾਤਾਰ ਬਿਆਨਬਾਜ਼ੀ ਕਰ ਰਿਹਾ, ਅੱਜ ਵੀ ਉਹਨੇ ਕਿਹਾ ਵੀ ਜੰਮੂ ਦੇ ਵਿੱਚ ਜਿਹੜਾ ਹੈਗਾ ਉੱਥੇ ਮੇਰੀ ਗੱਡੀ ਦੇ ਸ਼ੀਸ਼ੇ ਤੋੜੇ ਗਏ ਹੈ, ਤਾਂ ਉਹਦੇ ਲਈ ਅਕਾਲੀ ਦਲ ਕਿਤੇ ਨਾ ਕਿਸੇ ਹੱਦ ਤੱਕ ਜ਼ਿੰਮੇਵਾਰ ਹੈ। ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਜਿਹੜੇ ਚੰਗੇ ਸੰਬੰਧਾਂ 'ਚ ਕੱਚ ਦੇ ਸ਼ੀਸ਼ੇ ਟੁਕੜੇ ਖਿੰਡ ਰਹੇ ਹੈ। ਮੇਰਾ ਖਿਆਲ ਹੈ ਜੀ, ਸਿੱਧੂ ਸਾਹਿਬ ਨੂੰ ਤਾਂ ਨਾ ਹੁਣ ਸੁਪਨਿਆਂ 'ਚ ਵੀ ਅਕਾਲੀ ਦਲ ਦਿਸਣ ਲੱਗ ਪਏ ਜੀ, ਟਿਕਟ ਜਿੱਦਣ ਦੀ ਕੱਟੀ ਗਈ ਹੈ ਨਾ, ਉਹਨੂੰ ਐਂ ਜਾਪਦਾ ਵੀ ਜੇ ਮੈਨੂੰ ਨਿਸ਼ ਵੀ ਆਉਂਦੀ ਹੈ ਤਾਂ ਇਹਦੇ ਪਿੱਛੇ ਵੀ ਅਕਾਲੀ ਦਲ ਕਰਕੇ ਆਉਂਦੀ ਹੈ ਜੀ, ਅਤੇ ਇੱਕ ਪੰਜਾਬ ਸਾਨੂੰ ਡਰਾਉਂਦਾ ਜੀ ਵੀ ਸਿੱਧੂ ਸਾਹਿਬ ਸਾਨੂੰ ਖਾ ਚੱਲੇ ਜੇ ਅਸੀਂ ਸ਼ਾਸ਼ੀ ਰਚਣੀ ਹੈ ਤਾਂ ਜੀ, ਇਸ ਸਿੱਖਾਂ ਦੀ ਮਾਨਸਿਕਤਾ ਨੂੰ ਜਿਹੜੀ ਸੱਟ ਮਾਰੀ ਹੈ ਇਹ, ਅੱਜ ਸਿੱਧੂ ਸਾਹਿਬ ਨੇ ਅਕਾਲੀ ਦਲ ਦੇ ਉੱਤੇ ਬਲੇਮ ਕਰਕੇ ਫਿਰ ਸਿੱਖਾਂ ਦੀ ਜਿੱਥੇ ਅਕਾਲੀ ਦਲ ਦੀ ਸੱਟ ਮਾਰੀ ਹੈ ਉਹਦੇ ਨਾਲ ਸਿੱਖਾਂ ਦੀ ਮਾਨਸਿਕਤਾ 'ਤੇ ਫਿਰ ਜਿਹੜੀ ਉਹਨਾਂ 'ਤੇ ਚੋਟ ਮਾਰੀ ਹੈ, ਜਾਣਬੁੱਝ ਕੇ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ। ਉਹ ਕਹਿੰਦਾ ਵੀ ਅੱਜ ਜਿਹੜਾ ਮੈਨੂੰ ਰੋਸ ਤੋਂ ਪਤਾ ਲੱਗ ਗਿਆ ਵੀ ਸਿੱਖਾਂ ਦੇ ਵਿੱਚ ਕਿੱਡਾ ਵੱਡਾ ਰੋਸ ਹੈ, ਮੇਰੇ ਭਰਾਵਾਂ ਨੇ ਜੇ ਮੇਰੇ ਇੱਥੇ ਤੱਕ ਪਹੁੰਚੇ ਤੇ ਮੇਰੀ ਗਲਤੀ ਕਰਕੇ ਮੈਂ ਗਲਤੀ ਸਵੀਕਾਰਦਾ, ਜਿਹੜਾ ਬੰਦਾ ਗਲਤੀ ਨਹੀਂ ਸਵੀਕਾਰਦਾ ਆਪਣੇ ਕੋਲ ਸਭ ਵੱਡਾ ਦੁਖਾਂਤ ਕੀ ਹੋ ਸਕਦਾ ਜੀ, ਉਸ ਨੂੰ ਗਲਤੀ ਜੇ ਆਪਣੇ ਇਸ਼ੂ ਉੱਤੇ ਲੈ ਕੇ ਗੱਲ ਕਰੇਗਾ। ਪ੍ਰੋਫੈਸਰ ਸਾਹਿਬ, ਬਿਲਕੁਲ ਹੀ ਕਮੈਂਟ ਜਿਹੜਾ ਹੈਗਾ ਮੈਂ ਇਸ ਇਸ਼ੂ 'ਤੇ ਚਾਹਾਂਗਾ ਕਿ ਜਿਹੜਾ ਅਕਾਲੀ ਦਲ ਅਤੇ BJP ਇੱਦਾਂ ਦੀ ਗੱਲ ਚੱਲਦੀ ਹੈ ਉਹਦੇ ਨਾਲ ਕਿਤੇ ਨਾ ਕਿਤੇ ਪੰਜਾਬ ਦਾ ਵੀ ਨੁਕਸਾਨ ਹੁੰਦਾ, ਜਿੱਦਾਂ ਆਪਾਂ ਯੂਰੀਆ ਅਤੇ ਦੂਜੀ ਗੱਲ ਕੀਤੀ ਹੈ, ਸੰਖੇਪ ਦੇ ਵਿੱਚ ਕਮੈਂਟ। ਨਹੀਂ, ਮੇਰਾ ਖਿਆਲ ਹੈ ਕਿ ਜਦੋਂ ਦੇ ਜੈਤਲੀ ਸਾਹਿਬ ਹਾਰੇ ਆ, ਪਹਿਲਾਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਸਿੱਧੂ ਸਾਹਿਬ ਉਦੋਂ ਉਹਨਾਂ ਦੀ ਡਟ ਕੇ ਕੰਪੇਨ ਕਿਉਂ ਨਹੀਂ ਕੀਤੀ, ਕਰਨੀ ਚਾਹੀਦੀ ਸੀਗੀ, ਅਸੀਂ ਤਾਂ ਦੇਖਿਆ ਨਹੀਂ ਹੈ ਐਡਾ ਵੀ ਰੋਸਾ ਕੀ ਸੀਗਾ, ਐਡਾ ਵੱਡਾ ਲੀਡਰ ਸੀਗਾ। ਦੂਜੇ ਪਾਸੇ ਅਕਾਲੀ ਸਾਹਿਬ ਪਾਰਟੀ ਦੇ ਐਂ ਸਮਝਦੀ ਸੀ ਵੀ ਜਿਤਨਾ ਮੋਦੀ ਨਾਲੋਂ ਵੀ ਉਹਨਾਂ ਦਾ ਜ਼ਿਆਦਾ ਲੀਡਰ ਹੋਵੇ। ਇਹ ਹੁਣ ਅਚਾਨਕ ਕੀ ਹੋਇਆ ਕੀ ਨਹੀਂ ਹੋਇਆ, ਇਹ ਦੋਵੇਂ ਭਰਾ ਬੈਠੇ ਆ, ਇਹ ਦੱਸ ਸਕਦੇ ਆ, ਪਰ ਇਹ ਗੱਲ ਜ਼ਰੂਰ ਆ ਕਿ ਵਿੱਚ ਖਟਾਸ ਜ਼ਰੂਰ ਆ। ਜ਼ਰੂਰ, ਆਪਾਂ ਸਮਾਂ ਖਤਮ ਹੋਣ ਤੋਂ ਪਹਿਲਾਂ ਗਰੇਵਾਲ ਸਾਹਿਬ ਆਖਰੀ ਕਮੈਂਟ ਇਸ ਮੁੱਦੇ ਦੇ ਉੱਤੇ ਬਹਿਸ ਦਾ। ਇਸ ਤਰ੍ਹਾਂ ਕੋਈ ਪਾਰਟੀ ਦੀ ਕੋਈ ਐਸੀ ਪਾਲਿਸੀ ਨਹੀਂ ਹੈ ਜੀ, ਔਰ ਜੇ ਹੁੰਦੀ ਤਾਂ ਮੈਂ ਵੀ ਬੋਲਦਾ ਇੱਥੇ ਜੀ ਜੀ ਜੀ, ਜਦੋਂ ਪਾਰਟੀ ਦੀ ਪਾਲਿਸੀ ਹੋਏਗੀ ਜ਼ਰੂਰ ਉਸ ਨੂੰ ਰੱਖਾਂਗੇ, ਮਗਰ ਸਾਡਾ ਅਜੇ ਤਾਲਮੇਲ ਚੱਲ ਰਿਹਾ, ਵਧੀਆ ਚੱਲ ਰਿਹਾ, ਚੰਗਾ ਤਾਲਮੇਲ ਹੈਗਾ ਇਸ ਵਿੱਚ ਤੇ। ਚਲੋ ਗਰੇਵਾਲ ਸਾਹਿਬ, ਇਹਦੇ 'ਚ ਖਟਾਸ ਪੈਦਾ ਨਹੀਂ ਕਰਨੀ ਚਾਹੀਦੀ ਜੀ ਜੀ ਜੀ, ਕੋਈ ਇਹੋ ਜਿਹੀ ਗੱਲ ਕਿਸੇ ਵੀ ਕਾਰਜਕਰਤਾ ਆਪਾਂ ਨੂੰ ਸਮਾਂ ਵੀ ਇਜਾਜ਼ਤ ਨਹੀਂ ਦੇ ਰਿਹਾ। ਪੰਜਾਬ ਨਾਲ ਜੁੜੇ ਵੱਖ ਵੱਖ ਮੁੱਦਿਆਂ 'ਤੇ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਚਰਚਾ ਕੀਤੀ ਹੈ।
ਬੇਰੁਜ਼ਗਾਰੀ ਨੂੰ ਕਿਸੇ ਪੱਧਰ 'ਤੇ ਹੱਲ ਕੀਤੇ ਬਗੈਰ ਨਾ ਪੰਜਾਬ ਬਚਾਇਆ ਜਾ ਸਕਦਾ, ਨਾ ਪੰਜਾਬ ਦੀ ਜਵਾਨੀ ਬਚਾਈ ਜਾ ਸਕਦੀ ਹੈ, ਕਿਉਂਕਿ ਸਾਰਾ ਤਾਣਾ ਬਾਣਾ ਆਪਸ ਵਿੱਚ ਜੁੜਿਆ ਹੋਇਆ। ਕਈ ਮਾਮਲਿਆਂ 'ਤੇ ਸਾਡੇ ਮਹਿਮਾਨਾਂ ਦੀ ਰਾਏ ਵੀ ਨਹੀਂ ਮਿਲਦੀ, ਚਾਹੇ ਬੀਜੇਪੀ ਦੀ ਗੱਲ ਹੈ, ਚਾਹੇ ਸ਼੍ਰੋਮਣੀ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ। ਇਹਨਾਂ ਅਹਿਮ ਮੁੱਦਿਆਂ ਨੂੰ ਲੈ ਕੇ ਅਸੀਂ ਫਿਰ ਤੁਹਾਡੇ ਕੋਲ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ। ਧੰਨਵਾਦ।